ਤੇ ਅਸਾਂ ਜ਼ਰੂਰ ਪੁੱਛਣਾ ਹੈ ਪੈਗਮਬਰਾਂ ਨੂੰ ਵੀ ਜੇ ਫਰਜ਼ ਕੀ ਕਰ ਅਦਾ ਕੀਤਾ ਜੇ ਫਿਰ ਅਸਾਂ ਜ਼ਰੂਰ ਬਿਆਨ ਕਰਨਾ ਹੈ ਉਹਨਾਂ ਅੱਗੇ ਆਪਣੇ ਇਲਮ ਨਾਲ ਕਿ ਅਸੀਂ ਕੁਝ ਔਲੇ ਨਹੀਂ ਸਾ ਤੇ ਅਮਲ ਤੋਲਣਾ ਉਸ ਦਿਨ ਬਿਲਕੁਲ ਸੱਚ ਹੈ ਫਿਰ ਜਿਸ ਦਾ ਭਾਰਾ ਨਿਕਲਿਆ ਭਾਰ ਅਮਲਾਂ ਦਾ ਸੋ ਉਹ ਹੀ ਨਿਹਾਲ ਹੋਏ ਨੇ ਤੇ ਜਿਸ ਦਾ ਹੌਲਾ ਨਿਕਲਿਆ ਪਰੜਾ ਅਮਲਾਂ ਦਾ ਸੋ ਉਹ ਹੀ ਨੇ ਜਿੰਨਾ ਘਾਟੇ ਵਿੱਚ ਪਾ ਦਿੱਤੀਆਂ ਜਾਂਣਾ ਆਪਣੀਆਂ ਉਸ ਬਬੋ ਜੋ ਸਾਡੀਆਂ ਆਇਤਾ ਨਾਲ ਜ਼ਬਰਦਸਤੀ ਕਰਦੇ ਰਹੇ ਤੇ ਜ਼ਰੂਰ ਜਗ੍ਹਾ ਦਿੱਤੀ ਅਸਾਂ ਤੁਹਾਨੂੰ ਜ਼ਮੀਨ ਵਿੱਚ ਤੇ ਬਣਾ ਦਿੱਤੀ ਅਸਾਂ ਤੁਹਾਡੇ ਉਸ ਵਿੱਚ ਗੁਜ਼ਾਰੇ ਪਰ ਬਹੁਤ ਥੋੜਾ ਸ਼ੁਕਰ ਕਰਦੇ ਹੋ ਤੁਸੀਂ ਲੋਕ ਤੇ ਜ਼ਰੂਰ ਅਸਾਂ ਖਲਕ ਕੀਤਾ ਤੁਹਾਨੂੰ ਫਿਰ ਅਸਾਂ ਸੂਰਤ ਬਣਾਈ ਤੁਹਾਡੀ ਫਿਰ ਅਸਾਂ ਆਖਿਆ ਫਰਿਸ਼ਤਿਆਂ ਨੇ ਸਜਦਾ ਕਰੋ ਆਦਮ ਨੂੰ ਤਾਂ ਸਜਦਾ ਕੀਤਾ ਨਹੀਂ ਪਰ ਸ਼ੈਤਾਨ ਨਾ ਹੋਇਆ ਸਜਦਾ ਕਰਨ ਵਾਲਿਆਂ ਵਿੱਚੋਂ ਅੱਲਾਹ ਨੇ ਫਰਮਾਇਆ ਕਿਨ ਰੋਕਿਆ ਤੈਨੂੰ ਸਜਦਾ ਕਰਨਿਓ ਜਦ ਮੈਂ ਤੈਨੂੰ ਹੁਕਮ ਕਰ ਚੁਕਾ ਚਤਾਨ ਆਖਣ ਲਗਾ ਮੈਂ ਚੰਗਾ ਉਸ ਨਾਲੋਂ ਬਣਾਇਆ ਹੀ ਮੈਨੂੰ ਅੱਗ ਤੋਂ ਤੇ ਬਣਾਇਆ ਹੀ ਉਹਨੂੰ ਮਿੱਟੀ ਤੋਂ ਫਰਮਾਇਆ ਤਾ ਉਤਰ ਜਾ ਇੱਥੋਂ ਫੇਰ ਤੈਨੂੰ ਰਵਾ ਨਹੀਂ ਹੈ ਜੋ ਉਚਾਈ ਕਰੇ ਇੱਥੇ ਸੋ ਨਿਕਲ ਜਾ ਤੂੰ ਜ਼ਰੂਰ ਬੇਇੱਜ਼ਤੀ ਵਿੱਚੋਂ ਐ ਆਖਣ ਲਗਾ ਮੈਨੂੰ ਮੌਲਤ ਦੇ ਉਸ ਦਿਨ ਤੱਕ ਜਦ ਮੋਏ ਉੱਠਣਗੇ ਫਰਮਾਇਆ ਤੂੰ ਵੀ ਜ਼ਰੂਰ ਉਹਨਾਂ ਵਿੱਚੋਂ ਐ ਜਿਨ੍ਹਾਂ ਨੂੰ ਮੌਲਤ ਮਿਲ ਗਈ ਆਖਿਓ ਸੂ ਫੇਰ ਤੇਰੇ ਮਾਨੂੰ ਗੁੰਮਰਾਹ ਕਰਨ ਦੇ ਸਬਬੋਂ ਜ਼ਰੂਰ ਮੈਂ ਬੈਠਾਂਗਾ ਘਾਤ ਵਿੱਚ ਉਹਨਾਂ ਲਈ ਤੇਰੇ ਸਿੱਧੇ ਰਾਹ ਉੱਤੇ ਫਿਰ ਮੈਂ ਜ਼ਰੂਰ ਉਹਨਾਂ ਕੋਲ ਆਵਾਂਗਾ ਉਹਨਾਂ ਦੇ ਅਗਲੇ ਵੱਲੋਂ ਤੇ ਉਹਨਾਂ ਦੇ ਪਿਛਲੇ ਵੱਲੋਂ ਤੇ ਉਹਨਾਂ ਦੇ ਸੱਜਿਓਂ ਤੇ ਉਹਨਾਂ ਦੇ ਖੱਬਿਓਂ ਕਿ ਨਾ ਵੇਖੇਗਾ ਬਹੁਤੇ ਉਹਨਾਂ ਵਿੱਚੋਂ ਸ਼ੁਕਰਗੁਜ਼ਾਰ ਫਰਮਾਇਆ ਨਿਕਲ ਜਾਏ ਥੋਂ ਬੁਰਾ ਸੁਣ ਕੇ ਤਕੇ ਲੈ ਕੇ ਜ਼ਲੀਲਾ ਠੁਕਰਾਇਆ ਹੋਇਆ ਜਿਹੜਾ ਉਹਨਾਂ ਵਿੱਚੋਂ ਤੇਰੇ ਮਗਰ ਤੁਰੇਗਾ ਤਾਂ ਮੈਂ ਵੀ ਦੋਜ਼ਖ ਜ਼ਰੂਰ ਭਰਨਾ ਹੈ ਤੁਸਾਂ ਸਾਰਿਆਂ ਨਾਲ ਤੇ ਇਹ ਆਦਮ ਤੇ ਇਹ ਆਦਮ ਵਸ ਤੂੰ ਤੇ ਬੀਵੀ ਤੇਰੀ ਬਹਿਸ਼ਤ ਵਿੱਚ ਫਿਰ ਖਾਓ ਜਿਸ ਤੋਂ ਚਾਹੋ ਤੇ ਨੇੜੇ ਨਾ ਜਾਓ ਐਸ ਦਰਖਤ ਦੇ ਵਰਨਾ ਹੋ ਜਾਓਗੇ ਜ਼ਾਲਮਾਂ ਤੀ ਫਿਰ ਵਿਸਵਸਾ ਪਾਇਆ ਉਹਨਾਂ ਨੂੰ ਸ਼ੈਤਾਨ ਨੇ ਤਾਂ ਨੰਗੇ ਕਰੇ ਉਹਨਾਂ ਅੱਗੇ ਜੋ ਕੱਜੇ ਹੋਏ ਸਨ ਉਹਨਾਂ ਦੀ ਨਜ਼ਰੋਂ ਸਤਰ ਉਹਨਾਂ ਦੇ ਤੇ ਆਖਿਓ ਸੂ ਨਹੀਂ ਵਰਜਿਆ ਤੁਹਾਨੂੰ ਤੁਹਾਡੇ ਰੱਬ ਨੇ ਇਸ ਦਰਖਤੋਂ ਪਰ ਤਾਂ ਜੋ ਨਾ ਹੋ ਜਾਓ ਦੋਵੇਂ ਫਰਿਸ਼ਤੇ ਇਹ ਹੋ ਜਾਓ ਸਦਾ ਰਹਿਣ ਵਾਲਿਆਂ થી ਤੇ ਸੌ ਖਾ ਦਿਓ ਸੂ ਉਹਨਾਂ ਦੇ ਅੱਗੇ ਭਾਈ ਮੈਂ ਤੁਹਾਡਾ ਭਲਾ ਚਾਹਣ ਵਾਲਿਆਂ ਵਿੱਚੋਂ ਆ ਫਿਰ ਦੇਖ ਦਿੱਤੋ ਸੂ ਉਹਨਾਂ ਨੂੰ ਧੋਖੇ ਨਾਲ ਫਿਰ ਜਦ ਚੱਖਿਓ ਨੇ ਫਲ ਦਰਖਤ ਦਾ ਜ਼ਾਹਿਰ ਹੋ ਗਏ ਉਹਨਾਂ ਨੂੰ ਸਤਰ ਉਹਨਾਂ ਦੇ ਤੇ ਲਗੇ ਜੋੜਨੇ ਆਪਣੇ ਜਿਸਮਾਂ ਉੱਤੇ ਪੱਤਰ ਬਹਿਸ਼ ਦੇ ਤੇ ਆਵਾਜ਼ ਦਿੱਤੀ ਉਹਨਾਂ ਨੂੰ ਉਹਨਾਂ ਦੇ ਰੱਬ ਨੇ ਭਲਾ ਮੈਂ ਨਹੀਂ ਵਰਜਿਆ ਸੀ ਤੁਹਾਨੂੰ ਇਸ ਦਰਖਤ ਤੋਂ ਤੇ ਨਹੀਂ ਮੈਂ ਆਖਿਆ ਸੀ ਤੁਹਾਨੂੰ ਭਈ ਸ਼ੈਤਾਨ ਜ਼ਰੂਰ ਤੁਹਾਡਾ ਦੁਸ਼ਮਣ ਹੈ ਜ਼ਾਹਿਰ ਦੋਵੇਂ ਆਖਣ ਲੱਗੇ ਸਾਡਿਆ ਰੱਬਾ ਅਸਾਂ ਬੁਰਾ ਕੀਤਾ ਆਪਣਾ ਤੇ ਜੇ ਨਾ ਬਖਸ਼ੇਗਾ ਸਾਨੂੰ ਤੇ ਨਾ ਮਿਹਰ ਕਰੇਗਾ ਸਾ ਉਤੇ ਤਾਂ ਅਸੀਂ ਜ਼ਰੂਰ ਹੋ ਜਾਾਂਗੇ ਕਾਟੇ ਵਾਲਿਆਂ ਥੀ ਫਰਮਾਇਆ ਉੱਤਰ ਜਾਓ ਇਕ ਤੁਹਾਡੇ ਇਕਨਾ ਦੇ ਦੁਸ਼ਮਣ ਨੇ ਤੇ ਤੁਸੀਂ ਨਹੀਂ ਜ਼ਮੀਨ ਵਿੱਚ ਠਹਿਰਨਾ ਹੈ ਤੇ ਵਰਤਨਾ ਇੱਕ ਵਕਤ ਥੀ ਫਰਮਾਇਆ ਉੱਥੇ ਹੀ ਤੁਸੀਂ ਜੀਉਣਾ ਹੈ ਤੇ ਉੱਥੇ ਹੀ ਤੁਸੀਂ ਮਰਨਾ ਹੈ ਤੇ ਉਥੋਂ ਹੀ ਤੁਸੀਂ ਨਿਕਲਣਾ ਹੈ ਇਹ ਆਦਮ ਦੀ اولاد ਸਾਉ ਉਤਾਰੀ ਤਸਾਉ ਉੱਤੇ ਪੋਸ਼ਾਕ ਜੋ ਕੱਜੇ ਸਤਰ ਤੋੜੇ ਤੇ ਪੋਸ਼ਾਕ ਸੋਪਣ ਦੀ ਤੇ ਪੋਸ਼ਾਕ ਪ੍ਰੇਗਾਰੀ ਦੀ ਉਹ ਹੈ ਸਭ ਤੋਂ ਚੰਗੀ ਹੈ ਇਹ ਨਹੀਂ ਕੁਦਰਤਾਂ ਅੱਲਾ ਦੀਆਂ ਤਾਂ ਉਹ ਮਤ ਲੈਣ ਐ ਆਦਮ ਦੀ ਔਲਾਦ ਉਹ ਸ਼ੈਤਾਨ ਤੁਹਾਡਾ ਰਾਣਾ ਮਾਰੇ ਜਿਉਂ ਕਦੇ ਉਸ ਤੁਹਾਡੇ ਮਾਪਿਆਂ ਨੂੰ ਬਿਜਤੋਂ ਲਾ ਕੇ ਉਹਨਾਂ ਉਤੋਂ ਪੋਸ਼ਾਕ ਉਹਨਾਂ ਦੀ ਤਾਂ ਵਿਖਾਏ ਉਹਨਾਂ ਨੂੰ ਸਤਰ ਉਹਨਾਂ ਦੇ ਉਹ ਵੇਖਦਾ ਹੈ ਤੁਹਾਨੂੰ ਤੇ ਉਹਦਾ ਲਸ਼ਕਰ ਜਿੱਥੋਂ ਤੁਸੀਂ ਨਹੀਂ ਵੇਖਦੇ ਉਹਨਾਂ ਨੂੰ ਅਸਾਂ ਬਣਾ ਦਿੱਤੇ ਨੇ ਸ਼ੈਤਾਨ ਯਾਰ ਉਹਨਾਂ ਦੇ ਜਿਹੜੇ ਨਹੀਂ ਮੰਨਦੇ ਤੇ ਜਦ ਕਰਦੇ ਨੇ ਗੰਦਾ ਕੰਮ ਆਖਦੇ ਨੇ ਅਸਾਂ ਡਿਠੇ ਨਹੀਂ ਇਸ ਉੱਤੇ ਪਿਉ ਦਾਦੇ ਆਪਣੇ ਤੇ ਅੱਲਾ ਨੇ ਹੁਕਮ ਕੀਤਾ ਸਾਨੂੰ ਇਸ ਦਾ ਤੂੰ ਆਖ ਅੱਲਾ ਜ਼ਰੂਰ ਨਹੀਂ ਹੁਕਮ ਕਰਦਾ ਗੰਦੇ ਕੰਮ ਦਾ ਕਿਉਂ ਝੂਠ ਆਖਦੇ ਹੋ ਅੱਲਾ ਉੱਤੇ ਜੋ ਨਹੀਂ ਜਾਣਦੇ ਹੋ ਤੂੰ ਆਖ ਹੁਕਮ ਕੀਤਾ ਮੇਰੇ ਰੱਬ ਨੇ ਇਨਸਾਫ ਕਰਨ ਦਾ ਤੇ ਸਿੱਧੇ ਕਰੋ ਮੂੰਹ ਆਪਣੇ ਵਕਤ ਨਮਾਜ਼ ਦੇ ਤੇ ਪੁੱਉ ਜੋ ਸੁਣ ਖੇੜ ਕੇ ਉਹਦੇ ਦੀ ਬੰਦਗੀ ਜਿਉ ਹੋਂ ਬਣਾਇਆ ਸੂ ਤੁਹਾਨੂੰ ਦੁਬਾਰਾ ਬਣੋਗੇ ਇਕਨਾ ਨੂੰ ਰਾਹ ਪਾਇਓ ਸੂ ਤੇ ਇਕਨਾ ਦੇ ਜ਼ਿੰਮੇ ਠੀਕ ਬੈਠੀ ਗੁਮਰਾਹੀ ਉਹਨਾਂ ਨੇ ਜ਼ਰੂਰ ਪਕੜਿਆ ਸ਼ੈਤਾਨਾਂ ਨੂੰ ਯਾਰ ਸਵਾਹ ਅੱਲਾ ਦੇ ਤੇ ਜਾਣਦੇ ਨੇ ਆਪਣੇ ਆਪ ਨੂੰ ਜ਼ਰੂਰ ਰਾਹ ਪਏ ਹੋਏ ਐ ਆਦਮ ਦੀ ਔਲਾਦ ਪਕੜੋ ਸੋਹਣੀ ਪਸ਼ਾਕ ਆਪਣੀ ਵਕਤ ਹਰ ਨਮਾਜ਼ ਦੇ ਤੇ ਖਾਓ ਤੇ ਪੀਓ ਤੇ ਮਨ ਕੀਤੇ ਕਮਾਂ ਵਿੱਚ ਨਾ ਉਡਾਓ ਉਹਨੂੰ ਜ਼ਰੂਰ ਨਹੀਂ ਪਾਉਂਦੇ ਉਡਾਨ ਵਾਲੇ ਹਬੀਬ ਤੁਸੀਂ ਆਖੋ ਕਿੰਨਾ ਆਰਾਮ ਕੀਤੀ ਹੈ ਸੋਹਣੀ ਪਸ਼ਾਕ ਜਿਹੜੀ ਬਣਾਈ ਹੈ ਅੱਲਾ ਆਪਣੇ ਬੰਦਿਆਂ ਲਈ ਤੇ ਕਿਸਮਾ ਨੇ ਕੀਤੇ ਸਵਾਦ ਲੀਆਂ ਚੀਜ਼ਾਂ ਖਾਣ ਤੋਂ ਆਖੋ ਸਭ ਬਣੀਆਂ ਨੇ ਇਮਾਨਦਾਰਾਂ ਵਾਸਤੇ ਵਿੱਚ ਜ਼ਿੰਦਗਾਨੀ ਦੁਨੀਆ ਦੇ ਜਦ ਵੇਲਾ ਲੰਘ ਜਾਏਗਾ ਤਦ ਨਿਰੀਆਂ ਇਮਾਨਦਾਰਾਂ ਵਾਸਤੇ ਰਹਿ ਜਾਣਗੀਆਂ ਦਿਨ ਕਿਆਮਤ ਦੇ ਐਸੀ ਤਰ੍ਹਾਂ ਅਸੀਂ ਜੁਦਾ ਜੁਦਾ ਬਿਆਨ ਕਰਨੇ ਆ ਫਤਹਿ ਜਾਣਨੇ ਵਾਲੇ ਲੋਕਾਂ ਵਾਸਤੇ ਹਬੀਬ ਤੁਸੀਂ ਆਖੋ हराम कि मेरे रब बे ने बेसर ने जो छुपे ने ते गुना ते वादा करना ना ते ए जो बराबर करो नाल जिस दे करने दी दलील नहीं सू उतारी ए जो झूठ आखो अल्लाह उम्मत का एक वक्त बदा होया है फिर जब आ चुका वक्त ओ पछेरे हट देने एक कड़ी ते ना अगेरे वे ਐ ਔਲਾਦ ਆਦਮ ਦੀ ਜੇ ਪਹੁੰਚਣਗੇ ਤੁਹਾਨੂੰ ਪੈਗੰਬਰ ਤੁਸਾਂ ਵਿੱਚੋਂ ਬਿਆਨ ਕਰਦੇ ਤੁਸਾਂ ਅੱਗੇ ਮੇਰੀਆਂ ਆਇਤਾਂ ਫੇਰ ਜਿਹੜਾ ਬਚਿਆ ਤੇ ਸਵਾਰਿਆ ਤਾਂ ਨਾ ਕੁਝ ਡਾਰੇ ਉਹਨਾਂ ਨੂੰ ਤੇ ਨਾ ਉਹ ਚੁਰਨਗੇ ਤੇ ਜਿੰਨਾਂ ਚੁਖਲਾਈਆਂ ਸਾਡੀਆਂ ਆਇਤਾਂ ਤੇ ਸਰਕਸ਼ੀ ਕੀਤੀ ਉਹਨਾਂ ਦੇ ਮੰਨਣੇ ਤੋਂ ਉਹ ਨੇ ਅੱਗ ਦੇ ਰਹਿਣ ਵਾਲੇ ਉਹਨਾਂ ਉੱਤੇ ਸਦਾ ਰਹਿਣਾ ਹੈ ਫੇਰ ਉਸ ਨਾਲੋਂ ਵੱਡਾ ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉੱਤੇ ਝੂਠ ਜਾਂ ਚੁਖਲਾਈਆਂ ਉਹਦੀਆਂ ਆਇਤਾਂ ਉਹਨਾਂ ਨੂੰ ਪਹੁੰਚੂਗਾ ਹਿਸਾ ਉਹਨਾਂ ਦਾ ਆਪਣੇ ਲੇਖ ਤੋਂ ਇਥੋਂ ਤੀਕ ਜੋ ਜਦ ਆਉਣਗੇ ਉਹਨਾਂ ਕੋਲ ਭੇਜੇ ਹੋਏ ਸਾਡੇ ਫਰਿਸ਼ਤੇ ਜਾਣ ਕੱਢ ਦੇ ਉਹਨਾਂ ਦੇ ਪੁੱਛਣਗੇ ਕਿਥੇ ਨੇ ਜਿਨ੍ਹਾਂ ਨੂੰ ਤੁਸੀਂ ਸਾਦੇ ਹੁੰਦੇ ਸੋ ਸਵਾਲ ਅੱਲਾਹ ਦੇ ਆਖਦੇ ਹੁੰਦੇ ਸੋ ਆਓ ਸਾਨੂੰ ਬੋਲੋ ਹੁਣ ਸੱਧੋ ਨੇ ਤੁਹਾਨੂੰ ਬੋੜਨ ਆਖਣਗੇ ਓਲੇ ਹੋ ਗਏ ਨੇ ਸਾਥੋਂ ਤੇ ਖੁਦ ਗਵਾਹੀ ਦਿੱਤੀ ਉਹਨੇ ਆਪਣੀਆਂ ਜਾਨਾਂ ਉਤੇ ਭਾਈ ਉਹ ਆਪ ਜ਼ਰੂਰ ਬੇਈਮਾਨ ਸੰ ਅੱਲਾਹ ਫਰਮਾਏਗਾ ਅਗ ਵਿੱਚ ਚੱਲ ਬੜੋ ਰਲਕੇ ਹੁਮਤਾ ਵਿੱਚ ਜੋ ਗੁਜ਼ਰੀਆਂ ਨੇ ਪਹਿਲੇ ਤੁਸਾਂ ਤੋਂ ਜਿੰਨਾ ਤੇ ਆਦਮੀਆਂ ਦੀਆਂ ਜਿਸ ਵਾਰੀ ਬੜੇਗੀ ਕੋਈ ਹੁਮਤ ਫਟਕਾਰੇਗੀ ਦੂਸਰੀ ਹੀ ਆਪਣੇ ਜਾਈ ਨੂ ਇਥੋਂ ਤੀਕ ਜੋ ਜਦ ਮਿਲ ਪੈਣਗੇ ਉੱਥੇ ਸਾਰੇ ਆਖੇ ਕੀ ਪਿਛਲੀ ਉਹਨਾਂ ਦੀ ਪਹਿਲੀ ਵਾਸਤੇ ਸਾਡੇ ਰੱਬਾ ਇਹਨਾਂ ਨੇ ਰਾਹ ਮਾਰਿਆ ਸੀ ਸਾਡਾ ਸੋਦੇ ਇਹਨਾਂ ਨੂੰ ਅਜ਼ਾਬ ਦੂਣਾ ਆਗਦਾ ਫਰਮਾਇਆ ਹਰ ਇੱਕ ਨੂੰ ਦੂਣਾ ਹੈ ਪਰ ਤੁਸੀਂ ਨਹੀਂ ਜਾਣਦੇ ਤੇ ਆਖਿਆ ਪਹਿਲੀ ਉਹਨਾਂ ਦੀ ਨੇ ਪਿਛਲੀ ਉਹਨਾਂ ਦੀ ਨੂੰ ਤਾਂ ਨਹੀਂ ਹੈ ਤੁਸੀਂ ਵਿੱਚ ਸਾਡੇ ਨਾਲੋਂ ਕੁਝ ਵਡਿਆਈ ਸੋਚ ਚੱਖੋ ਆਜ਼ਾਬ ਬਦਲੇ ਉਸ ਦੇ ਜੋ ਕਮਾਂਦੇ ਸਾਓ ਜਿੰਨਾ ਚੁਠਲਾਈਆਂ ਸਾਡੀਆਂ ਆਇ ਤਾਂ ਤੇ ਉਚਾਈ ਕੀਤੀ ਉਹਨਾਂ ਦੇ ਮੰਨਣੇ ਤੋਂ ਜ਼ਰੂਰ ਨਾ ਖੁੱਲਣਗੇ ਉਹਨਾਂ ਲਈ ਦਰਵਾਜ਼ੇ ਅਸਮਾਨਾਂ ਦੇ ਤੇ ਨਾ ਵੜਨਗੇ ਬੇਇਸ਼ਤ ਵਿੱਚ ਜਦ ਤੀਕ ਬੜੇ ਨਾਂ ਊਂਠ ਸੂਈ ਦੇ ਨੱਕੇ ਵਿੱਚ ਤੇ ਇਸੇ ਤਰ੍ਹਾਂ ਅਸੀਂ ਸਜ਼ਾ ਦੇਾਂਗੇ ਗੁਨਾਗਾਰਾਂ ਨੂੰ ਉਹਨਾਂ ਲਈ ਦੋਜ਼ਖ ਦਾ ਵਿਛਾਉਣਾ ਹੈ ਤੇ ਉਤੋਂ ਉਹਨਾਂ ਦੇ ਦੋਜ਼ਖ ਦਾ ਹੋਰ ਨਾ ਵੀ ਹੈ ਤੇ ਅਸੀਂ ਤਰਾ ਅਸੀਂ ਸਜ਼ਾ ਦੇਣੇ ਆ ਜ਼ਾਲਮਾਂ ਨੂੰ ਤੇ ਜਿਨ੍ਹਾਂ ਮੰਨਿਆ ਤੇ ਕੀਤੀਆਂ ਪਲਿਆਈਆਂ ਅਸੀਂ ਕੰਮ ਨਹੀਂ ਦੱਸਦੇ ਕਿਸੇ ਨੂੰ ਪਰ ਉਹਦੀ ਤਾਕਤ ਸਿਰ ਉਹਨੇ ਬਹਿਸ਼ਤ ਵਾਲੇ ਉਹਨਾਂ ਉੱਥੇ ਸਦਾ ਰਹਿਣਾ ਹੈ ਤੇ ਨਿਕਾਲ ਦੇਾਂਗੇ ਅਸੀਂ ਜੋ ਉਹਨਾਂ ਦੇ ਜੀਆਂ ਵਿੱਚ ਕੁਝ ਗੁੱਸਾ ਇੱਕ ਦੂਜੇ ਦੇ ਖਿਲਾਫ ਵਗਦਿਆਂ ਨੇ ਹੇਠ ਉਹਨਾਂ ਦੇ ਨਹਿਰਾਂ ਤੇ ਆਖਣਗੇ ਸਭ ਸੋਬਾ ਅੱਲਾ ਹੀ ਦੀਏ ਜਿਨ ਰਾਹ ਪਾਇਆ ਸਾਨੂੰ ਇਸ ਦੇ ਤੇ ਅਸੀਂ ਨਹੀਂ ਸਾਂ ਰਾਹ ਪੈਣ ਜੋਗੇ ਜੇ ਕਦੇ ਨਾ ਰਾਹ ਪਾਂਦਾ ਸਾਨੂੰ ਅੱਲਾ ਜ਼ਰੂਰ ਲਿਆਇ ਸੀ ਪੈਗੰਬਰ ਸਾਡੇ ਰੱਬ ਦੇ ਸੱਚੀ ਗੱਲ ਤੇ ਆਵਾਜ਼ ਆਵੇਗੀ ਭਾਈ ਇਹ ਜੇ ਬਹਿਸ਼ਤ ਜੋ ਵਿਰਸਾ ਮਿਲੀ ਤੁਹਾਨੂੰ ਬਦਲੇ ਉਸ ਦੇ ਜੋ ਤੁਸੀਂ ਕਰਦੇ ਸੋ ਤੇ ਆਵਾਜ਼ ਮਾਰੀ ਬਹਿਸ਼ਤ ਵਾਲਿਆਂ ਨੇ ਦੋਜ਼ਖ ਵਾਲਿਆਂ ਨੂੰ ਭਾਈ ਅਸਾਂ ਸੱਚ ਵੇਖ ਲਿਆ ਹੈ ਜੋ ਵਾਅਦਾ ਦਿੱਤਾ ਸੀ ਸਾਨੂੰ ਸਾਡੇ ਰੱਬ ਨੇ ਫੇਰ ਭਲਾ ਤੁਸਾਂ ਵੀ ਸੱਚਾ ਵੇਖਿਆ ਜੋ ਵਾਦਾ ਦਿੱਤਾ ਸੀ ਤੁਹਾਨੂੰ ਤੁਹਾਡੇ ਰੱਬ ਨੇ ਆਖਿਓ ਨੇ ਹਾਂ ਫੇਰ ਆਵਾਜ਼ ਮਾਰੀ ਇੱਕ ਆਵਾਜ਼ ਮਾਰਨੋ ਵਾਲੇ ਨੇ ਉਹਨਾਂ ਵਿੱਚੋਂ ਭਾਈ ਫਿਟਕਾਰਿਆ ਅੱਲਾ ਦੀ ਜ਼ਾਲਮਾਂ ਨੂੰ ਜਿਹੜੇ ਰੋਕਦੇ ਸਨ ਅੱਲਾ ਦੇ ਰਾਂ ਤੇ ਟੁੰਡਦੇ ਸਨ ਉਸ ਵਿੱਚ ਡਿੰਗਿਆਈ ਕਿ ਉਹ ਆਖਰਤ ਦੇ মুনਕਰ ਸਨ ਤੇ ਬਚਕਾਰ ਦੋਵਾਂ ਦੇ ਕੰਧ ਤੇ ਕੰਧ ਉੱਤੇ ਮਰਦ ਨੇ ਪਛਾਣਦੇ ਨੇ ਹਾਰਿਕ ਨੂੰ ਉਹਨਾਂ ਦੀ ਨਿਸ਼ਾਨੀ ਨਾਲ ਤੇ ਆਵਾਜ਼ ਮਾਰੀ ਨੇ ਬਇਸ਼ਤ ਵਾਲਿਆਂ ਨੂੰ ਪਈ ਸਲਾਮ ਅਲੈਕੁਮ ਇਹ ਲੋਕ ਵੜੇ ਤੇ ਨਹੀਂ ਬਈਸ਼ਤ ਵਿੱਚ ਪਰ ਉਹ ਆਸ ਰੱਖਦੇ ਨੇ ਤੇ ਜਦ ਫਿਰ ਨਗਾ ਉਹਨਾਂ ਦੀ ਦੋਜ਼ਖ ਵਾਲਿਆਂ ਵਾਲੇ ਅੱਖਿਓ ਨੇ ਸਾਡੇ ਰੱਬਾ ਨਾ ਕਰ ਸਾਨੂੰ ਨਾਲ ਇਹਨਾਂ ਜ਼ਾਲਮਾਂ ਲੋਕਾਂ ਦੇ ਤੇ ਆਵਾਜ਼ ਮਾਰੀ ਆਰਾਫ ਵਾਲਿਆਂ ਨੇ ਕੁਝ ਦੋਦਖੀ ਮਰਦਾਂ ਨੂੰ ਜਿਨ੍ਹਾਂ ਨੂੰ ਪਛਾਣਦੇ ਨੇ ਉਹਨਾਂ ਦੀ ਨਿਸ਼ਾਨੀ ਨਾਲ ਤੇ ਅੱਖਿਓ ਨੇ ਨਾ ਕਮ ਆਏ ਜੱਥੇ ਤੁਹਾਡੇ ਤੇ ਨਾ ਜੋ ਤੁਸੀਂ ਉਚਾਈ ਕਰਦੇ ਸੋ ਵੱਲਾ ਇਹ ਉਹ ਮੁਫਲਿਸ ਲੋਕ ਨਹੀਂ ਜਿਹੜੇ ਜਿੰਨਾ ਬਾਰੇ ਸੌ ਖਾਦੀ ਸਾਜੇ ਪਈ ਨਾ ਪਹੁੰਚਾਇਗਾ ਉਹਨਾਂ ਨੂੰ ਅੱਲਾ ਕੁਝ ਆਪਣੀ ਰਹਿਮਤ ਅੱਜ ਉਹਨਾਂ ਨੂੰ ਹੀ ਫਰਮਾਇਆ ਗਿਆ ਹੈ ਚਲ ਵੜੋ ਬਹਿਸ਼ਤ ਵਿੱਚ ਨਾ ਕੋਈ ਖੌਫ ਹੈ ਤੁਹਾਨੂੰ ਤੇ ਨਾ ਤੁਸੀਂ ਚੁਰੋਗੇ ਤੇ ਆਵਾਜ਼ ਮਾਰੀ ਦੋਜ਼ਖਵਾਲਿਆਂ ਨੇ ਬਹਿਸ਼ਤ ਵਾਲਿਆਂ ਨੂੰ ਭਾਈ ਵਾਹ ਸਾਡੇ ਉੱਤੇ ਇੱਕ ਕੁੱਟ ਪਾਣੀ ਦਾ ਜਾਂ ਹੋਰ ਕੁਝ ਜੋ ਦਿੱਤਾ ਹੈ ਤੁਹਾਨੂੰ ਅੱਲਾ ਨੇ ਆਖਿਓ ਨੇ अल्लाह तो ने यह दोवे हराम किए बेईमाना उन अपना तमाशा खेडा दता दुनिया ने जो साडिया आयत इनकार करते जरूर पचा दिती असा उन्होंने किताब जिसन असा जुदा जुदा बयान किया अपने इलमत वास्ते लोग मन वाले ਨਹੀਂ ਉਡੀਕਦੇ ਨੇ ਪਰ ਸੱਚਾ ਨਿਕਲਣਾ ਕੁਰਾਨ ਦਾ ਜਿਸ ਦਿਨ ਆਵੇਗਾ ਸੱਚਾ ਨਿਕਲਣਾ ਉਸ ਦਾ ਆਖਣਗੇ ਜਿੰਨਾ ਪੁਲਾ ਛੱਡਿਆ ਸੀ ਉਸ ਨੂੰ ਪਹਿਲੇ ਤੋਂ ਜ਼ਰੂਰ ਲਿਆਇ ਸੀ ਪੈਗੰਬਰ ਸਾਡੇ ਰੱਬ ਦੇ ਸੱਚੀ ਗੱਲ ਭਲਾ ਹੁਣ ਕੋਈ ਹੈਂ ਸਾਡੀ ਸ਼ਫਾਤ ਕਰਨ ਵਾਲੇ ਤਾਂ ਸ਼ਫਾਤ ਕਰਨ ਸਾਡੀ ਜਾਂ ਅਸੀਂ ਫੇਰੇ ਜਾਈਏ ਤਾਂ ਕਰੀਏ ਹੋਰ ਕੰਮ ਸਵਾ ਉਸ ਦੇ ਜੋ ਕਰਦੇ ਰਹੇ ਸਾਂ ਕਾਟੇ ਵਿੱਚ ਪਾ ਦਿੱਤੋ ਨੇ ਜਾਨਾ ਆਪਣੀਆਂ ਤੇ ਭੁੱਲ ਗਿਆ ਉਹਨਾਂ ਨੂੰ ਜੋ ਝੂਠ ਜੋੜਦੇ ਹੁੰਦੇ ਸਨ ਜ਼ਰੂਰ ਪਾਲਨਹਾਰ ਤੁਹਾਡਾ ਅੱਲਾ ਹੈ ਜਿਨੇ ਬਣਾਇਆ ਅਸਮਾਨ ਤੇ ਜ਼ਮੀਨ 6 ਦਿਨ ਵਿੱਚ ਫਿਰ ਚੜਿਆ ਆਪਣੇ ਤਖਤ ਤੇ ਸਲਤਨਾਤ ਉੱਤੇ ਕੱਜਦਾ ਹੈ ਰਾਤ ਨੂੰ ਦਿਨ ਨਾਲ ਟੁੰਡਦੀ ਹੈ ਦਿਨ ਨੂੰ ਰਾਤ ਦੌਰਦੀ ਤੇ ਬਣਾਇਆ ਸੂਰਜ ਤੇ ਚੰਨ ਤੇ ਤਾਰੇ ਤਾਬੇ ਆਪਣੇ ਹੁਕਮ ਦੇ ਸੁਣ ਲਓ ਉਸੇ ਦਾ ਕੰਮ ਹੈ ਪੈਦਾ ਕਰਨਾ ਤੇ ਹੁਕਮ ਕਰਨਾ ਬਰਕਤ ਵਾਲਾ ਹੈ ਅੱਲਾ ਪਾਲਨਹਾਰ ਸਾਰੇ ਜਗ ਦਾ ਸੱਦੋ ਆਪਣੇ ਰੱਬ ਨੂੰ ਜ਼ਾਰੀ ਨਾਲ ਤੇ ਹੌਲੀ-ਹੌਲੀ ਉਨੂੰ ਜ਼ਰੂਰ ਨਹੀਂ ਪਾਉਂਦੇ ਹੱਦੋਂ ਟੱਪਣੇ ਤੇ ਨਾ ਵਿਗਾੜ ਪਾਉ ਜ਼ਮੀਨ ਵਿੱਚ ਪਿੱਛੇ ਉਸ ਦੇ ਸਵਾਰਨੇ ਦੇ ਤੇ ਸਦੋ ਉਹਨੂੰ ਡਰ ਕੇ ਤੇ ਆਸ ਕਰਕੇ ਮੇਰ ਅੱਲਾ ਦੀ ਜ਼ਰੂਰ ਨੇੜੇ ਆਨੇ ਕੋ ਕਾਰਾਂ ਦੇ ਤੇ ਉਹੋ ਹੀ ਹੈ ਜਿਹੜਾ ਤੇਜ ਦਾ ਹਵਾਵਾਂ ਖੁਸ਼ਖਬਰੀਆਂ ਦਿੰਦੀਆਂ ਅੱਗੇ ਕਿ ਉਹਦੀ ਰਹਿਮਤ ਦੇ ਇਥੋਂ ਤੀਕ ਜੋ ਜਦ ਚੁੱਕਿਓ ਨੇ ਹਵਾਵਾਂ ਬਦਲ ਪਹਾਰਾ ਤੋੜਿਆ ਸਾਂ ਉਸ ਨੂੰ ਵੀਰਾਨ ਜ਼ਮੀਨ ਵੱਲ ਫਿਰ ਉਤਾਰਿਆ ਸਾਂ ਉਸ ਨਾਲ ਪਾਣੀ ਫਿਰ ਕੱਢੇ ਅਸਾਂ ਉਸ ਨਾਲ ਸਭ ਤਰ੍ਹਾਂ ਦੇ ਫਲ ਐਸੀ ਤਰ੍ਹਾਂ ਅਸੀਂ ਕ निकालेंगे ਮੋਇਆਂ ਨੂੰ ਤਾਂ ਤੁਸੀਂ ਇਹ ਵੇਖ ਕੇ ਨਸੀਅਤ ਮੰਨੋ ਤੇ ਜੋ ਜ਼ਮੀਨ ਮਿੱਠੀ ਏ ਨਿਕਲਦੀ ਐ अंगूरी ਉਹਦੀ ਉਹਦੇ ਰੱਬ ਦੇ ਹੁਕਮ ਨਾਲ ਤੇ ਜੋ ਕੋੜੀ ਏ ਉਹਦੀ ਨਹੀਂ ਨਿਕਲਦੀ ਪਰ ਥੋੜੀ ਐਸੀ ਤਰ੍ਹਾਂ ਅਸੀਂ ਬਾੜ-ਬਾਰ ਬਿਆਨ ਕਰਨੇ ਆ ਪੱਤੇ ਵਾਸਤੇ ਲੋਕਾਂ ਸ਼ੁਕਰਗੁਜ਼ਾਰਾਂ ਦੇ ਅਸਲ ਜ਼ਰੂਰ ਭੇਜਿਆ ਨੂ ਨੂ ਉਹਦੀ ਕੌਮ ਵੱਲ ਫਿਰ ਆਖਿਓ ਸੁ ਹੈ ਮੇਰੀ ਕੌਮ ਪੂਜੋ ਅੱਲਾ ਨੂੰ ਨਹੀਂ ਤੁਹਾਡਾ ਕੋਈ ਮعبੂਦ ਸਵਾਹ ਹੋ ਦੇ ਮੈਂ ਖੌਫ ਕਰਨਾ ਤੁਸਾਂ ਉੱਤੇ ਬੜੇ ਦਿਨ ਦੇ ਅਜ਼ਾਬ ਦਾ ਆਖਿਆ ਸਰਦਾਰਾਂ ਨੇ ਉਹਦੀ ਕੌਮ ਵਿੱਚੋਂ ਅਸੀਂ ਜ਼ਰੂਰ ਵੇਖਨੇ ਆ ਤੈਨੂੰ ਸਾਫ਼ ਗੁਮਰਾਈ ਵਿੱਚ ਨੂੰ ਆਖਿਆ ਇਹ ਮੇਰੀ ਕੌਮ ਨਹੀਂ ਇਹ ਮੇਰੇ ਨੇੜੇ ਕੁਝ ਗੁਮਰਾਈ ਪਰ ਮੈਂ ਪੈਗੰਬਰਾਂ ਸਾਰੇ ਜੱਗ ਦੇ ਰੱਬ ਵੱਲੋਂ ਪਹਚਾਨਣਾ ਤੁਹਾਨੂੰ ਪੈਗਾਮ ਆਪਣੇ ਰੱਬ ਦੇ ਤੇ ਭਲਾ ਚਾਹਣਾ ਤੁਹਾਡਾ ਤੇ ਮੈਂ ਜਾਣਨਾ ਅੱਲਾਹ ਦੀ ਤਰਫੋਂ ਜੋ ਤੁਸੀਂ ਨਹੀਂ ਜਾਣਦੇ ਬਲਾ ਤੇ ਅਨੋਖਾ ਜਾਤਾ ਜੇ ਜੋ ਆਈ ਤੁਸਾਂ ਕੋਲ ਨਸੀਹਤ ਤੁਹਾਡੇ ਰੱਬ ਵੱਲੋਂ ਜ਼ਬਾਨੀ ਇੱਕ ਮਰਦ ਦੀ ਤੁਸਾਂ ਵਿੱਚੋਂ ਤਾਂ ਡਰਾਵੇ ਤੁਹਾਨੂੰ ਨਾਲੇ ਤੁਸੀਂ ਬਚ ਜਾਓ ਨਾਲੇ ਤਾਂ ਤੁਸਾਂ ਉੱਤੇ ਮੇਰ ਹੋਵੇ ਫਿਰ ਚੁਟਲਾਇਓ ਨਹੀਂ ਉਹ ਫਿਰ ਅਸਾਂ ਬਚਾ ਦਿੱਤਾ ਉਹਨੂੰ ਚੋ ਦੇ ਨਾਲ ਦੀਆਂ ਨੂੰ ਬੇੜੀ ਵਿੱਚ ਤੇ ਡੋਬ ਦਿੱਤੇ ਅਸਾਂ ਜਿੰਨਾ ਚੁਟਲਾਈਆਂ ਆਏ ਤਾਂ ਸਾਡੀਆਂ ਜ਼ਰੂਰ ਹੋ ਸਨ ਅੰਨੇ ਲੋਕ ਤੇ ਭੇਜਿਆ ਆਦਵਲ ਉਹਨਾਂ ਦੇ ਭਰਾ ਹੂਦ ਨੂੰ ਆਖਿਓ ਸੁਹਾ ਮੇਰੀ ਕੌਮ ਪੂਜੋ ਅੱਲਾ ਨੂੰ ਨਹੀਂ ਤੁਹਾਡਾ ਕੋਈ ਮਾਬੂਤ ਸਵਾਹ ਉਹਦੇ ਕਿਉਂ ਫਿਰ ਬਚਦੇ ਨਹੀਂ ਹੋ ਆਖਿਆ ਸਦਾਰਾ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ ਅਸੀਂ ਜ਼ਰੂਰ ਵੇਖਨੇ ਆ ਤੈਨੂੰ ਮੂਰਖ ਪਣਾ ਵਿੱਚ ਤੇ ਸਾਡੀ ਅੱਟਕਲ ਵਿੱਚ ਤੇ ਜ਼ਰੂਰ ਤੂੰ ਝੂਠਿਆਂ ਵਿੱਚੋਂ ਐ ਆਖਿਓ ਸੁ ਇਹ ਕੌਮ ਮੇਰੀ ਨਹੀਂ ਮੇਰੇ ਨੇੜੇ ਮੂਰਖ ਪਣਾ ਪਰ ਮੈਂ ਪੈਗੰਬਰ ਆ ਸਾਰੇ ਜੱਗ ਦੇ ਰੱਬ ਵੱਲੋਂ ਪਹੁੰਚਾਣਾ ਤੁਹਾਨੂੰ ਪੈਗਾਮ ਆਪਣੇ ਰੱਬ ਦੇ ਤੇ ਮੈਂ ਤੁਹਾਡਾ ਭਲਾ ਚਾਹਉਣਾ ਤੇ ਆਮਾਨਤੀਆਂ ਬਲਾਸੇ ਅਨੋਖਾ ਜਾਤਾ ਜੀ ਜੋ ਆਈ ਤੁਸਾਂ ਕੋਈ ਨਸੀਹਤ ਤੁਹਾਡੇ ਰੱਬ ਵੱਲੋਂ ਜ਼ਬਾਨੀ ਇੱਕ ਮਰਦ ਦੀ ਤੁਸਾਂ ਵਿੱਚੋਂ ਤਾਹਨ ਡਰਾਵੇ ਤੁਹਾਨੂੰ ਤੇ ਯਾਦ ਕਰੋ ਜਦ ਕੀਤੋ ਸੁ ਤੁਹਾਨੂੰ ਖਲੀਫੇ ਪਿੱਛੇ ਕੌਮ ਨੂੰ ਦੇ ਤੇ ਬਦੇਰਾ ਦਿੱਤੋ ਸੁ ਤੁਹਾਨੂੰ ਬਦਨ ਵਿੱਚ ਕੱਦ ਤੇ ਜ਼ੋਰ ਤੇ ਯਾਦ ਕਰੋ ਨੇਮ ਤਾਂ ਅੱਲਾ ਜੀਆਂ ਤਾਂ ਤੁਹਾਡਾ ਭਲਾ ਹੋਵੇ ਆਖਣ ਲਗੇ ਵਾ ਆਏ ਅਸਾਂ ਕੋਲ ਤਾਂ ਅਸੀਂ ਪੂਜੀ ਅੱਲਾ ਨੂੰ ਇੱਕ ਕਰਕੇ ਤੇ ਛੱਡ ਲਈਏ ਜਿਸ ਨੂੰ ਪੂਜਦੇ ਰਹੇ ਸਾਡੇ ਪਿਉ ਦਾਦੇ ਤਾਂ ਲੈ ਆਜ਼ਾਦ ਸਾਡੇ ਉੱਤੇ ਜਿਸ ਦਾ ਵਾਅਦਾ ਦੇਣਾ ਹੈ ਸਾਨੂੰ ਜੇ ਤੂੰ ਸੱਚਿਆਂ ਵਿੱਚੋਂ ਹੈ ਆਖਿਓ ਸੁ ਪਹਿ ਚੁੱਕਾ ਹੈ ਤਸਾਂ ਉੱਤੇ ਤੁਹਾਡੇ ਰੱਬ ਬਲੋਂ ਫਟਕਾਰ ਤੇ ਕਹਿ ਕਿਉਂ ਝਗੜਦੇ ਹੋ ਮੇਰੇ ਨਾਲ ਕੁਛ ਨਾਮਾ ਉਤੋਂ ਜੜੇ ਰੱਖ ਲੈ ਜੇ ਤਸਾਂ ਤੇ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਉਤਾਰੀ ਅੱਲਾ ਨੇ ਉਹਨਾਂ ਦੀ ਕੋਈ ਦਲੀਲ ਸੋ ਉਡੀਕੋ ਮੈਂ ਵੀ ਤਸਾਂ ਨਾਲ ਨਾ ਉਡੀਕਣ ਮਾਲਿਆਂ ਥੀ ਫੇਰ ਅਸਾਂ ਬਚਾ ਦਿੱਤਾ ਉਹਨੂੰ ਤੇ ਉਹਦੇ ਨਾਲ ਦਿਆਂ ਆਪਣੇ ਮੇਹਰ ਨਾਲ ਤੇ ਵੱਡ ਦਿੱਤੀ ਅਸਾਂ ਜੜੋਂ ਨਾਲ ਦੀ ਜਿਨ੍ਹਾਂ ਚੁੱਟਲਾਈਆਂ ਆਇ ਤਾਂ ਸਾਡੀਆਂ ਤੇ ਨਹੀਂ ਸਨ ਮੰਨਣ ਵਾਲੇ ਤੇ ਭੇਜਿਆ ਸਮੂਦ ਵੱਲ ਭਰਾ ਉਹਨਾਂ ਦਾ ਸਾਲੇ ਆਖਿਓ ਸੁ ਇਹ ਕੌਮ ਮੇਰੀ ਪੂਜੋ ਅੱਲਾ ਨੂੰ ਨਹੀਂ ਤੁਹਾਡਾ ਕੋਈ ਮਹਬੂਤ ਸਵਾ ਉਹਦੇ ਪਹੁੰਚ ਚੁਕੀ ਹੈ ਤੁਹਾਨੂੰ ਸਾਫ ਨਿਸ਼ਾਨੀ ਤੁਹਾਡੇ ਰੱਬ ਵੱਲੋਂ ਇਹ ਉਠਣੀ ਹੈ ਅੱਲਾ ਦੀ ਤੁਸਾਂ ਲਈ ਨਿਸ਼ਾਨੀ ਸੋ ਛੱਡ ਦਿਓ ਇਸ ਨੂੰ ਖਾਵੇ ਅੱਲਾ ਦੀ ਜ਼ਮੀਨ ਵਿੱਚ ਤੇ ਨਾ ਹੱਥ ਲਾਈਓ ਇਸ ਨੂੰ ਬੁਰੀ ਨੀਅਤ ਨਾਲ फेर पकडणो गेतो अनु दुख दी मार ते याद करो जद कीतो सु ਤੁਹਾਨੂੰ ਖਲੀਫੇ ਪਿੱਛੇ ਆਦ ਦੇ ਤੇ ਥਾਂ ਜਿੱਤੋ ਸੁ ਤੁਹਾਨੂੰ ਜ਼ਮੀਨ ਵਿੱਚ ਬਣਾਉਂਦੇ ਹੋ ਨਰਮ ਜ਼ਮੀਨ ਵਿੱਚ ਹਵੇਦੀਆਂ ਤੇ ਉਹ ਕਰਕੇ ਬਣਾਉਂਦੇ ਹੋ ਪਹਾੜਾ ਨੂੰ ਕਰ ਸੋ ਯਾਦ ਕਰੋ एहसान ਅੱਲਾ ਦੇ ਤੇ ਨਾ ਫਿਰ ਜ਼ਮੀਨ ਵਿੱਚ ਫਸਾਦ ਮਚਾਉਂਦੇ ਆਖਿਆ ਸਰਦਾਰਾਂ ਨੇ ਜਿਨ੍ਹਾਂ ਉਚਾਈ ਕੀਤੀ ਉਹਦੀ ਕੌਮ ਵਿੱਚੋਂ ਤੇ ਜਿਨ੍ਹਾਂ ਨੂੰ ਕਮਜ਼ੋਰ ਜਾਤਾ ਜਿਨ ਮਨਿਆ ਉਹਨਾਂ ਵਿੱਚੋਂ ਪੁੱਛਾ ਪਲਾ ਤੁਸੀਂ ਜਾਣਦੇ ਹੋ ਪਈ ਸਾਲੇ ਭੇਜਿਆ ਹੋਇਆ ਹੈ ਆਪਣੇ ਰੱਬ ਵੱਲੋਂ ਆਖਿਓ ਨੇ ਜੋ ਹੁਕਮ ਦੇ ਕੇ ਉਹਨੂੰ ਭੇਜਿਆ ਗਿਆ ਹੈ ਅਸੀਂ ਉਹਨੂੰ ਮੰਨਨੇ ਆ ਆਖਿਆ ਜੇ ਨਗਰੂਰ ਕੀਤਾ ਜੋ ਹੁਕਮ ਤੁਸਾਂ ਮੰਨਿਆ ਹੈ ਅਸਾਂ ਉਹ ਨਹੀਂ ਮੰਨਨਾ ਫੇਰ ਕੁਠਿਓ ਨੇ ਉਠਣੀ ਤੇ ਉਚਾਈ ਕੀਤੀਓ ਨੇ ਆਪਣੇ ਰੱਬ ਦਾ ਹੁਕਮ ਮੰਨਨ ਤੋਂ ਤੇ ਆਖਿਓ ਨੇ ਇਹ ਸਾਲੇ ਲੈ ਆ ਸਾਡੇ ਉੱਤੇ ਜਵਾਬ ਦੇਣੇ ਸਾਨੂੰ ਜੇ ਤੂੰ ਇਹ ਪੈਗੰਬਰਾਂ ਸੀ ਫਿਰ ਪਗੜਿਆ ਉਹਨਾਂ ਨੂੰ ਪੁਚਾਲ ਨੇ ਤਾਂ ਸਵੇਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਦੇ ਪਏ ਹੋਏ ਫਿਰ ਮੁੜ ਆਇਆ ਸਾਲੇ ਉਹਨਾਂ ਤੋਂ ਤੇ ਆਖਿਓ ਸੁ ਐ ਮੇਰੀ ਕੌਮ ਮੈਂ ਜ਼ਰੂਰ ਪਹੁੰਚਾ ਚੁੱਕਾ ਤੁਹਾਨੂੰ ਪੈਗਾਮ ਆਪਣੇ ਰੱਬ ਦਾ ਤੇ ਭਲਾ ਚਾਹ ਰਿਹਾ ਤੁਹਾਡਾ ਪਰ ਤੁਹਾਨੂੰ ਨਹੀਂ ਪਾਉਂਦੇ ਭਲਾ ਚਾਹਣ ਵਾਲੇ ਤੇ ਭੇਜਿਆ ਲੂਤ ਨੂੰ ਜਦ ਆਖਿਓ ਸੁ ਆਪਣੀ ਕੌਮ ਨੂੰ ਕਿਉਂ ਕਰਦੇ ਹੋ ਗੰਦਾ ਕੰਮ ਪਹਿਲ ਨਹੀਂ ਕੀਤੀ ਤੁਹਾਡੇ ਤੋਂ ਪਹਿਲੇ ਇਸ ਕੰਮ ਦੀ ਕਿਸੇ ਨੇ ਸਾਰੇ ਜਾਨਦਾਰਾਂ થી ਤੁਸੀਂ ਜ਼ਰੂਰ ਹੀ ਇਸਤੇਮਾਲ ਕਰਦੇ ਹੋ ਮਰਦਾਂ ਨੂੰ ਸ਼ਾਬਤ ਦੇ ਮਾਰੇ ਸਵਾਹ ਔਰਤਾਂ ਦੇ ਸਗੋਂ ਤੁਸੀਂ ਲੋਕ ਕੋ ਹੱਦੋਂ ਟਪੜੇ ਤੇ ਕੋਈ ਨਹੀਂ ਸੀ ਜਵਾਬ ਉਹਦੀ ਕੌਮ ਦਾ ਪਰ ਇਹੋ ਜੋ ਆਖਿਓ ਨੇ ਕੱਢ ਦਿਓ ਇਹਨਾਂ ਨੂੰ ਆਪਣੇ ਪਿੰਡੋਂ ਇਹ ਜ਼ਰੂਰ ਇੱਕ ਲੋਕ ਨੇ ਜੋ ਪਾਰਸਾਹ ਬੰਦੇ ਨੇ ਫਿਰ ਉਹਨੂੰ ਤੇ ਉਹਦੇ ਘਰ ਦੇ ਆ ਉਹਨੂੰ ਪਰ ਉਹਦੀ ਔਰਤ ਹੋ ਗਈ ਅਜ਼ਾਬ ਵਿੱਚ ਪਿੱਛੇ ਰਹਿਣ ਵਾਲਿਆਂ ਥੀ ਇਸਾਂ ਬਚਾ ਦਿੱਤਾ ਤੇਬਰ ਆਇਆ ਸਹੌਨਉ ਤੇ ਇੱਕ ਮੀ ਫਿਰ ਵੇਖ ਕੀ ਕਰ ਹੋਇਆ ਔਰਕ ਗੁਨਾਗਾਰਾਂ ਦਾ ਤੇ ਭੇਜਿਆ ਮਦੀਨ ਵਾਲ ਭਰਾ ਉਹਨਾਂ ਦਾ ਸ਼ੁਆਇਬ ਆਖਿਓ ਸੁਐ ਮੇਰੀ ਕੌਮ ਪੂਜੋ ਅੱਲਾ ਨੂੰ ਨਹੀਂ ਤੁਹਾਡਾ ਕੋਈ ਮਾਬੂਤ ਸਵਾਹ ਹੋਦੇ ਜ਼ਰੂਰ ਪਹੁੰਚ ਚੁਕੀ ਹੈ ਤੁਹਾਨੂੰ ਸਾਫ ਨਿਸ਼ਾਨੀ ਤੁਹਾਡੇ ਰੱਬ ਵੱਲੋਂ ਫਿਰ ਪੂਰਾ ਕਰੋ ਟੋਪਾ ਤੇ ਤਰਕੜੀ ਤੇ ਨਾ ਕਟਾ ਦਿਓ ਲੋਕਾਂ ਨੂੰ ਚੀਦਾ ਉਹਨਾਂ ਦੀਆਂ ਤੇ ਨਾ ਫਸਾਦ ਪਾਓ ਜ਼ਮੀਨ ਵਿੱਚ ਪਿੱਛੇ ਉਹਦੇ ਸਮਾਰਨੇ ਦੇ ਇਹੋ ਜਿਹਾ ਚੰਗਾ ਤੁਹਾਨੂੰ ਜੇ ਤੁਸੀਂ ਮੰਨਣ ਵਾਲੇ ਹੋ ਤੇ ਨਾ ਬੈਠੋ ਹਰ ਰਾਹ ਵਿੱਚ ਡਰਾਉਂਦੇ ਤੇ ਰੋਕਦੇ ਅੱਲਾ ਦੇ راہੋਂ ਉਸ ਨੂੰ ਜੇ ਨੰਮਨਿਆ ਅੱਲਾ ਨੂੰ ਤੇ ਟੁੰਡਦੇ ਉਸ ਰਾਹ ਵਿੱਚ ਐ ਤੇ ਯਾਦ ਕਰੋ ਜਦ ਤੁਸੀਂ ਥੋੜੇ ਸੋ ਫਿਰ ਬਹੁਤੇ ਕਰ ਦਿੱਤੋ ਸੂ ਤੁਹਾਨੂੰ ਤੇ ਧਿਆਨ ਕਰੋ ਕੀ ਕਰ ਹੋਇਆ ਔੜਕ ਫਸਾ ਦੀਆਂ ਦਾ ਜੇ ਇੱਕ ਟੋਲੇ ਨੇ ਤੁਸਾਂ ਵਿੱਚੋਂ ਮੰਨਿਆ ਹੈ ਜੋ ਹੁਕਮ ਦੇ ਕੇ ਮੈਨੂੰ ਭੇਜਿਆ ਗਿਆ ਹੈ ਤੇ ਇੱਕ ਟੋਲੇ ਨੇ ਨਹੀਂ ਮੰਨਿਆ ਤਾਂ ਸਬਰ ਕਰੋ ਜੱਤ ਦੀਕ ਫੈਸਲਾ ਨਾ ਕਰੇ ਅੱਲਾ ਸਾਡੇ ਵਿੱਚ ਤੇ ਉਹ ਚੰਗਾ ਏ ਸਭ ਫੈਸਲਾ ਕਰਨ ਵਾਲਿਆਂ થી ਆਖਿਆ ਸਰਦਾਰਾਂ ਨੇ ਜਿੰਨਾ غرੂਰ ਕੀਤਾ ਉਹਦੀ ਕੌਮ ਵਿੱਚੋਂ ਅਸੀਂ ਜ਼ਰੂਰ ਕੱਢ ਦੇਾਂਗੇ ਤੈਨੂੰ ਐ ਸ਼ੌਇਬ ਆਪਣੇ ਪਿੰਡੋਂ ਤੇ ਜਿਹੜੇ ਇਮਾਨਦਾਰ ਬਣੇ ਨੇ ਤੇਰੇ ਨਾਲ ਜਾਂ ਪਰਤਾ ਹੋ ਸਾਡੇ ਦੇਨ ਵਿੱਚ ਆਖਿਓ ਸੁ ਪਹਿਲਾ ਸਾਨੂੰ ਜ਼ਬਰਦਸਤੀ ਫੇਰਿਆ ਜਾਏਗਾ ਤੇ ਭਾਵੇਂ ਅਸੀਂ ਹੋ ਵੀਏ ਬੁਰਾ ਜਾਣਦੇ ਜ਼ਰੂਰ ਜੋੜਿਆ ਸਾ ਅੱਲਾ ਤੇ ਝੂਠ ਜੇ ਪਰਤਾ ਵੀ ਹੈ ਤੁਹਾਡੇ ਦੇਨ ਵਿੱਚ ਪਿਛੇ ਜਿਹਦੇ ਜੋ ਬਚਾਇਆ ਸਾਨੂੰ ਅੱਲਾ ਨੇ ਉਸ ਤੋਂ ਤੇ ਸਾਡਾ ਕੰਮ ਨਹੀਂ ਜੋ ਪਰਤਾ ਵੀ ਹੈ ਉਸ ਵਿੱਚ ਪਰ ਜੋ ਚਾਏ ਅੱਲਾ ਪਾਲਨہار ਸਾਡਾ ਸਾਡੇ ਰੱਬ ਦੇ ਜਾਣ ਨੇ ਵਿੱਚ ਸਮਾਈਏ ਹਰ ਚੀਜ਼ ਦੀ ਅੱਲਾ ਹੀ ਉੱਤੇ ਪਰੋਸਾ ਕੀਤਾ ਹੈ ਸਾਡੇ ਰੱਬਾ ਫੈਸਲਾ ਕਰ ਸਾਡੇ ਵਿੱਚ ਤੇ ਸਾਡੀ ਕੌਮ ਵਿੱਚ ਇਨਸਾਫ ਨਾਲ ਤੇ ਤੂੰ ਹੀ ਚੰਗਾ ਸਭ ਫੈਸਲਾ ਕਰਨ ਵਾਲਿਆਂ ਠੀਕ ਤੇ ਆਖਿਆ ਆਪਸ ਵਿੱਚ ਸਰਦਾਰਾਂ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ ਜੇ ਤੁਸੀਂ ਮਗਰ ਲੱਗੋਗੇ ਸ਼ੁਆਇਬ ਦੇ ਤਾਂ ਜ਼ਰੂਰ ਤੁਸੀਂ ਕਾਟਾ ਪਾਣ ਵਾਲੇ ਹੋ ਜਿਨ੍ਹਾਂ ਚੁਠਲਾਇਆ ਸ਼ੁਆਇਬ ਨੂੰ ਫੇਰ ਪਕੜਿਆ ਉਹਨਾਂ ਨੂੰ ਪੁਚਾਲ ਨੇ ਤਾਂ ਸਵੇਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਹਦੇ ਡਿੱਗੇ ਹੋਏ ਜਿਵੇਂ ਬਸਦੇ ਨਹੀਂ ਰਹੇ ਸਣ ਕਦੇ ਉੱਥੇ ਜਿਨ੍ਹਾਂ ਸ਼ੁਆਇਬ ਨੂੰ ਚੁਠਲਾਇਆ ਉਹ ਹੀ ਹੋਏ ਕਾਟੇ ਵਾਲੇ ਸ਼ੁਆਇਬ ਫੇਰ ਨਿਕਲ ਗਿਆ ਉਥੋਂ ਤੇ ਆਖਿਓ ਸੁਆ ਮੇਰੀ ਕੌਮ ਮੈਂ ਜ਼ਰੂਰ ਪਹੁੰਚਾ ਚੁਕਾ ਤੁਹਾਨੂੰ ਪੈਗਾਮ ਆਪਣੇ ਰੱਬ ਦੇ ਤੇ ਪਲਾ ਚਾ ਚੁਕਾ ਤੋ ਅੱਲਾ ਹੁਣ ਕੀ ਕਰ ਮੈਂ ਗਮ ਖਾਵਾਂ ਬਈ ਮਾਨਾ ਲੋਕਾਂ ਹੁੰਤੇ ਤੇ ਨਹੀਂ ਭੇਜਿਆ ਅਸਾਂ ਕਿਸੇ ਬਸਤੀ ਵਿੱਚ ਕੋਈ ਪੈਗੰਬਰ ਪਰ ਪਕੜਿਆ ਅਸਾਂ ਉਹਦੇ ਰਹਿਣ ਵਾਲਿਆਂ ਨੂੰ ਤੰਗਦਸਤੀ ਤੇ ਬਿਮਾਰੀ ਵਿੱਚ ਸ਼ਾਇਦ ਉਹ ਜ਼ਾਰੀ ਕਰਨ ਫੇਰ ਵਟਾ ਦਿੱਤਾ ਅਸਾਂ ਜਗਾ ਦੁੱਖ ਦੀ ਸੁਖ ਇਥੋਂ ਤੀਕ ਜ ਬਹੁਤ ਫਲੇ ਫੁੱਲੇ ਤੇ ਆਖਿਓ ਨੇ ਲੱਗਾ ਸੀ ਪਿਓ ਦਾਦੀਆਂ ਸਾਡਿਆਂ ਨੂੰ ਵੀ ਦੁੱਖ ਤੇ ਸੁਖ ਫੇਰ ਪਕੜਿਆ ਅਸਾਂ ਉਹਨਾਂ ਨੂੰ ਅਚਾਨਕ ਉਹ ਖਬਰ ਨਹੀਂ ਸਾਨੂੰ ਰੱਖਦੇ ਤੇ ਜੇ ਕਦੇ ਬਸਤੀਆਂ ਵਾਲੇ ਮੰਨਦੇ ਤੇ ਬਚਦੇ ਤਾਂ ਅਸੀਂ ਖੋਲ ਦਿੰਦੇ ਉਹਨਾਂ ਉੱਤੇ ਬਰਕਤਾਂ ਆਸਮਾਨ ਤੇ ਜ਼ਮੀਨ ਦੀਆਂ ਪਰ ਚੁਸਲਾਈ ਉਹਨੇ ਫਿਰ ਪਕੜਿਆ ਸਾ ਉਹਨਾਂ ਨੂੰ ਬਦਲੇ ਉਸਦੇ ਜੋ ਕਮਾਂਦੇ ਸਨ ਭਲਾ ਫਿਰ ਡਰ ਲਾ ਛੱਡਿਆ ਹੈ ਬਸਤੀਆਂ ਵਾਲਿਆਂ ਨੇ ਜੋ ਆਵੇ ਉਹਨਾਂ ਉੱਤੇ ਅਜ਼ਾਬ ਸਾ ਡਾਲਾ ਤੁਰਤ ਤੇ ਉਹ ਸੁੱਤੇ ਹੋਣ ਭਲਾ ਤੇ ਡਰ ਲਾ ਛੱਡਿਆ ਬਸਤੀ ਵਾਲਿਆਂ ਨੇ ਜੋ ਆਵੇ ਉਹਨਾਂ ਉੱਤੇ ਅਜ਼ਾਬ ਸਾ ਛਾ ਦੇਲੇ ਤੇ ਉਹ ਖੇਡ ਰਹੇ ਹੋਣ ਭਲਾ ਫੇਰ ਡਰ ਲਾ ਛੱਡਿਆ ਨੇ ਅੱਲਾ ਦਾ ਸੋ ਡਰ ਨਹੀਂ ਲਾਂਦੇ ਅੱਲਾ ਦੇ ਦਾ ਦਾ ਪਰ ਲੋਕ ਘਾਟੇ ਵਾਲੇ ਭਲਾ ਤੇ ਰਾਹ ਨਹੀਂ ਪਾਇਆ ਉਹਨਾਂ ਨੂੰ ਜਿਹੜੇ ਵਾਰਿਸ ਹੁੰਦੇ ਨੇ ਜ਼ਮੀਨ ਦੇ ਪਿੱਛੇ ਉਸ ਦੇ ਰਹਿਣ ਵਾਲਿਆਂ ਦੇ ਇਸ ਗੱਲ ਨੇ ਜੋ ਕਦੇ ਅਸੀਂ ਚਾਹਦੇ ਮੁਸੀਬਤ ਪਹੁੰਚਾਉਂਦੇ ਉਹਨਾਂ ਨੂੰ ਬਦਲੇ ਉਹਨਾਂ ਦੇ ਗੁਨਾਹ ਦੇ ਤੇ ਮੋਰ ਲਾਣਿਆ ਉਹਨਾਂ ਦੇ ਦਿਲਾਂ ਉੱਤੇ ਫੇਰੋਂ ਨਹੀਂ ਸੁਣਦੇ ਇਹਨੇ ਵਸਤੀਆਂ ਬਿਆਨ ਕਰਨੇ ਅਸੀਂ ਤੇਰੇ ਅੱਗੇ ਕੁਝ ਆਲ ਉਹਨਾਂ ਦਾ ਤੇ ਜ਼ਰੂਰ ਲਿਆਏ ਉਹਨਾਂ ਕੋਲ ਪੈਗੰਬਰ ਹੋਣਾ ਦੇ ਸਾਫ਼ ਪਤੇ ਫੇਰ ਨਾ ਹੋਏ ਜੋ ਮੰਨ ਜਾਂਦੇ ਜੋ ਗੱਲ ਝੁਠਿਆ ਚੁਕੇ ਸਨ ਇੱਕ ਵਾਰੀ ਪਹਿਲੇ ਇਸੇ ਤਰ੍ਹਾਂ ਮੋਹਰ ਲਾਂਦਾ ਹੈ ਅੱਲਾ ਬੇਈਮਾਨਾਂ ਦੇ ਦਿਲਾਂ ਉੱਤੇ ਤੇ ਨਾ ਡਿੱਠਾ ਅਸਾਂ ਉਹਨਾਂ ਵਿੱਚੋਂ ਬਹੁਤ ਹੰਦੇ ਇਕਰਾਰ ਦਾ ਨਬਾ ਤੇ ਜ਼ਰੂਰ ਦਿੱਤੇ ਆ ਸਾਂ ਬਹੁਤੇ ਉਹਨਾਂ ਦੇ ਫਾਸਕ ਬੇਫਰਮਾਨ ਫਿਰ ਭੇਜਿਆ ਆ ਸਾਂ ਪਿੱਛੇ ਉਹਨਾਂ ਦੇ موسی ਨੂੰ ਆਪਣੀਆਂ ਨਿਸ਼ਾਨੀਆਂ ਦੇ ਕੇ ਫਿਰ ਔਨ ਤੇ ਉਹਦੇ ਸਰਦਾਰਾਂ ਵੱਲ ਫਿਰ ਜ਼ਬਰਦਸਤੀ ਕੀਤੀ ਉਹਨੇ ਸਾਡੀਆਂ ਨਿਸ਼ਾਨੀਆਂ ਨਾਲ ਫਿਰ ਵੇਖ ਕੀ ਕਰ ਹੋਇਆ ਉਹ ਲਕ ਫਟਾ ਦਿਆਂ ਦਾ ਤੇ ਆਖਿਆ موسی ਨੇ ਇਹ ਫਿਰੌਨ ਮਜ਼ਰੂਰ ਪੈਗਾਮ ਪਹੁੰਚਾਉਣੇ ਵਾਲਾ ਆ ਸਾਰੇ ਜਗ ਦੇ ਰੱਬ ਦਾ ਇਸ ਗੱਲ ਉਤੇ ਕਾਇਮ ਜੋ ਨਾ ਆਖਾਂ ਲਾ ਉਤੇ ਸਵਾ ਸੱਚ ਦੇ ਆਇਆ ਤੁਸਾਂ ਕੋਲ ਨਿਸ਼ਾਨੀ ਤੁਹਾਡੇ ਰੱਬ ਵੱਲੋਂ ਸੋ ਭੇਜਦੇ ਮੇਰੇ ਨਾਲ ਬਣੀ ਇਸرائیਲ ਨੂੰ ਆਖਿਓ ਸੁ ਜੇ ਲਿਆਂਦੀ ਹੈ ਕੋਈ ਨਿਸ਼ਾਨੀ ਤਾਂ ਉਹ ਸਾਹਮਣੇ ਲਿਆ ਜੇ ਤੂੰ ਹੈ ਸੱਚਿਆ ਥੀ موسی ਫੇਰ ਸੁੱਟ ਦਿੱਤੀ ਉਸੂ ਆਪਣੀ ਲਾਠੀ ਤਾਂ ਉਸੇ ਵੇਲੇ ਉਹ ਨਾਗ ਹੋ ਗਿਆ ਜਿਉਂ ਦਾ ਜਾਗਦਾ ਨਾਲੇ ਕੱਢਿਓ ਸੁ ਹੱਥ ਆਪਣਾ ਤਾਂ ਉਸੇ ਵੇਲੇ ਉਹ ਚਿੱਟਾ ਚਮਕਦਾ ਨਜ਼ਰ ਆਇਆ ਵੇਖਣ ਵਾਲਿਆਂ ਨੂੰ ਆਖਿਆ ਸਰਦਾਰਾਂ ਨੇ ਫਿਰਜ਼ਾਉਣ ਦੀ ਕੌਮ ਵਿੱਚੋਂ ਇਹ ਜ਼ਰੂਰੀ ਜਾਦੂਗਾਰੇ ਪੜਿਆ ਹੋਇਆ ਕਿਆੰਦਾ ਹੈ ਜੋ ਕੱਢ ਦੇ ਤੁਹਾਨੂੰ ਤੁਹਾਡੇ ਮੁਲਕੋਂ ਦੱਸੋ ਫਿਰ ਕੀ ਕੁਝ ਸਲਾਹ ਦੇਂਦੇ ਹੋ ਸਰਦਾਰਾਂ ਆਖਿਆ ਟਿੱਲ ਦੇ ਉਹਨੂੰ ਤੇ ਇਹਦੇ ਭਰਾ ਨੂੰ ਤੇ ਭੇਜ ਦੇ ਹਰ ਕਾਰੇ ਸ਼ਹਿਰਾਂ ਵਿੱਚ ਇਕੱਠੇ ਕਰਨ ਵਾਲੇ ਲੈ ਆਉਣ ਤੇਰੇ ਕੋਲ ਜਾਦੂਗਰ ਪੜੇ ਹੋਏ ਨੂੰ ਤੇ ਆਏ ਜਾਦੂਗਰ ਫਿਰੌਨ ਕੋਲ ਆਖਿਓ ਨੇ ਜ਼ਰੂਰੀ ਸਾਨੂੰ ਮਿਲਣੀ ਚਾਹੀਦੀ ਏ ਕੁਝ ਮਜ਼ਦੂਰੀ ਜੇ ਅਸੀਂ ਜਿੱਤ ਗਏ ਆਖਿਓ ਸੂ ਹਾਂ ਨਾਲੇ ਤੁਸੀਂ ਨੇੜੇ ਢੋਏ ਜਾਓਗੇ ਸਰਕਾਰ ਤੁਹਾਨੂੰ ਕੁਰਸੀ ਦੇਗੀ ਆਖਿਓ ਨੇ ਇਹ موسی ਜਾਂ ਤੂੰ ਪਹਿਲੇ ਸੁੱਟੇ ਤੇ ਜਾਂ ਅਸੀਂ ਬਣੀਏ ਸੁੱਟਣ ਵਾਲੇ موسی ਆਖਿਓ ਸੂ ਸੁੱਟੋ ਤੁਸੀਂ ਫਿਰ ਜਦ ਸੁੱਟਿਓ ਨੇ ਬੰਦ ਕਰ ਲਿਓ ਨੇ ਨਜ਼ਰਾਂ ਲੋਕਾਂ ਦੀਆਂ ਤੇ ਡਰਾਹ ਦਿੱਤੋ ਨੇ ਉਹਨਾਂ ਨੂੰ ਤੇ ਕਰ ਲਿਆ ਹੈ ਜਾਦੂ ਬੜਾ ਤੇ ਇਸ਼ਾਰਾ ਕੀਤਾ ਅਸਾਂ موسی ਨੂੰ ਭਾਈ ਸੁੱਟਦੇ लाठी ਆਪਣੀ ਫਿਰ ਤਦੋਂ ਹੀ ਉਹ ਨਿਗਲਦੀ ਗਈ ਜੋ ਸਾਂਗ ਬਣਾਉਂਦੇ ਸਨ ਫਿਰ ਨਿੱਤਰ ਪਿਆ ਸੱਚ ਤੇ ਮਿਟ ਗਿਆ ਜੋ ਕੁਝ ਉਹ ਕਰਦੇ ਸਨ ਫਿਰ ਹਾਰ ਗਏ ਉੱਥੇ ਤੇ ਮੁੜ ਗਏ ਖਾਰ ਹੋ ਕੇ ਤੇ ਕਿੰਨੇ ਪਾ ਦਿੱਤੇ ਜਾਦੂਗਰ ਸਜਦੇ ਆਖਿਓ ਨੇ ਅਸਾਂ ਮੰਨੇ ਸਾਰੇ ਜੱਗ ਦੇ ਰੱਬ ਨੂੰ موسی ਤੇ ਹਾਰੂਨ ਦੇ ਰੱਬ ਨੂੰ ਆਖਿਆ ਫਿਰੌਨ ਨੇ ਤੁਸੀਂ ਮੰਨ ਲਿਆ ਉਸ ਨੂੰ ਪਹਿਲੇ ਇਸ ਦੇ ਜੋ ਮੈਂ ਇਜਾਜ਼ਤ ਦਿਆਂ ਤੁਹਾਨੂੰ ਇਹ ਜ਼ਰੂਰ ਹੀ ਕੋਈ ਦਾ ਹੈ ਜੋ ਤੁਸੀਂ ਮੇਥ ਲਿਆ ਹੈ ਸ਼ਹਿਰ ਵਿੱਚ ਤਾਂ ਕੱਢ ਦੇਵੋ ਥੋ ਉਥੋਂ ਦੇ ਲੋਕਾਂ ਨੂੰ ਸੋ ਅਗੋ ਨਤੀਜਾ ਮਾਲੂਮ ਕਰੋਗੇ ਮੈਂ ਜ਼ਰੂਰ ਵੜ ਦੇਾਂਗਾ ਤੁਹਾਡੇ ਹੱਥ ਤੇ ਤੁਹਾਡੇ ਪੈਰ ਉਲਟੇ ਦਾਉ ਫਿਰ ਮੈਂ ਜ਼ਰੂਰ ਸੂਲੀ ਦੇਾਂਗਾ ਤੁਹਾਨੂੰ ਸਾਰਿਆਂ ਨੂੰ ਉਹਨਾਂ ਆਖਿਆ ਅਸਾਂ ਵੀ ਆਪਣੇ ਰੱਬ ਵੱਲੀ ਮੋੜ ਜਾਣਾ ਹੈ ਤੇ ਨਹੀਂ ਵਹਿਰ ਲੈਣਾ ਹੈ ਸਾਥੋਂ ਪਰ ਨਿਹਰਾ ਇਸ ਦਾ ਜੋ ਮੰਨ ਲਿਆ ਅਸਾਂ ਆਇਤਾ ਆਪਣੇ ਰੱਬ ਦੀਆਂ ਜਦ ਪਹੁੰਚੀਆਂ ਸਾਨੂੰ ਸਾਡੇ ਰੱਬਾ ਪਾਸ ਦੇ ਸਾਡੇ ਵਿੱਚ ਸਬਰ ਤੇ ਸਾਨੂੰ ਮੁਸਲਮਾਨ ਮਾਰੀ ਤੇ ਆਖਿਆ ਸਰਦਾਰਾਂ ਨੇ ਫਿਰੌਨ ਦੀ ਕੌਮ ਵਿੱਚੋਂ ਕਿਉਂ ਛੱਡਣਾ ਹੈ موسی ਤੇ ਉਹਦੀ ਕੌਮ ਨੂੰ ਤਹਫ ਸਾਦ ਮਚਾਨ ਮੁਲਕ ਵਿੱਚ ਤੇ ਛੱਡ ਬਏ ਤੈਨੂੰ ਤੇ ਤੇਰੇ ਅਬੂ ਤਾਂ ਨੂੰ ਆਖਿਓ ਸੁ ਹੁਣ ਅਸੀਂ ਫੇਰ ਮਾਰਾਂਗੇ ਉਹਨਾਂ ਦੇ ਪੁੱਤਰਾਂ ਨੂੰ ਤੇ ਜਿਉਂਦਿਆਂ ਰਹਿਣ ਦਿਆਂਗੇ ਉਹਨਾਂ ਦੀਆਂ ਧੀਆਂ ਨੂੰ ਤੇ ਸਾਡਾ ਉਹਨਾਂ ਉੱਤੇ ਜ਼ੋਰ ਚੱਲਦਾ ਹੈ ਆਖਿਆ موسی ਨੇ ਆਪਣੀ ਕੌਮ ਨੂੰ ਮਦਦ ਮੰਗੋ ਅੱਲਾਹ ਤੋਂ ਤੇ ਸਬਰ ਕਰੋ ਜ਼ਮੀਨ ਜ਼ਰੂਰ ਅੱਲਾਹ ਦੀ ਹੈ ਵਾਰਸ ਕਰਦਾ ਹੈ ਉਸ ਦਾ ਜਿਸ ਨੂੰ ਚਾਹੇ ਆਪਣੇ ਬੰਦਿਆਂ ਵਿੱਚੋਂ ਤੇ ਅੰਤ ਭਲਾ ਇਹ ਬਚ ਕੇ ਤੁਰਨ ਵਾਲਿਆਂ ਦਾ ਆਖਿਓ ਨੇ ਸਾਨੂੰ ਦੁੱਖ ਮਿਲਿਆ ਪਹਿਲੇ ਇਸ ਦੇ ਜੋ ਤੂੰ ਆਵੇਂ ਸਾਡੇ ਕੋਲ ਤੇ ਪਿੱਛੇ ਇਸ ਦੇ ਜੋ ਆ ਚੁੱਕੋ ਐ ਸਾ ਕੋਲ ਆਖਿਓ ਸੂ ਨੇੜੇ ਆ ਗਿਆ ਏ ਰੱਬ ਤੁਹਾਡਾ ਜੋ ਬਰਬਾਦ ਕਰੇ ਦੁਸ਼ਮਣ ਤੁਹਾਡੇ ਨੂੰ ਤੇ ਖਲੀਫਾ ਕਰੇ ਤੁਹਾਨੂੰ ਮੁਲਕ ਵਿੱਚ ਫਿਰ ਵੇਖੇਗਾ ਤੁਸੀਂ ਕੀ ਕੰਮ ਕਰਦੇ ਹੋ ਤੇ ਜ਼ਰੂਰ ਪਕੜਿਆ ਅਸਾਂ ਫਰਾਉਨ ਦੇ ਲੋਕਾਂ ਨੂੰ ਨਾਲ ਕਹਿਤਸਾਲੀਆਂ ਤੇ ਨੁਕਸਾਨ ਫਲਾਂ ਦੇ ਤਾਂ ਉਹ ਨਸੀਹਤ ਫਕਰਣ ਫਿਰ ਜਦ ਪਹੁੰਚਿਆ ਉਹਨਾਂ ਨੂੰ ਸੁੱਖ ਆਖਣ ਲੱਗੇ ਇਹ ਸਾਡੀ ਖਾਤਰ ਏ ਤੇ ਜੇ ਪਹੁੰਚਿਆ ਉਹਨਾਂ ਨੂੰ ਦੁੱਖ ਬਦਸ਼ਗਣੀ ਸਮਝ ਦੇ موسی ਤੇ ਉਹਦੇ ਨਾਲ ਦੇਾਂ ਜੀ ਸੁਣਨਾ ਏ ਸਬਾਬੋ ਉਹਨਾਂ ਦੀ ਬਦਸ਼ਗਣੀ ਦਾ ਨੇਰਾ ਅੱਲਾ ਕੋਲੇ ਤੇ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ ਤੇ ਆਖਿਓ ਨੇ موسی ਨੂੰ ਜੋ ਤੂੰ ਲਿਆਵੇਂਗਾ ਸਾਡੇ ਕੋਲ ਕੋਈ ਨਿਸ਼ਾਨੀ ਤਾਂ ਜਾਦੂ ਕਰੀ ਸਾਨੂੰ ਉਸ ਨਾਲ ਸੋ ਨਹੀਂ ਅਸੀਂ ਤੈਨੂੰ ਮੰਨਣ ਵਾਲੇ ਫਿਰ ਭੇਜਿਆ ਸਾਂ ਉਹਨਾਂ ਉੱਤੇ ਹੜ ਤੇ ਮੱਕੜੀ ਦਲ ਛੋੜੇ ਤੇ ਚਿਚੜੀਆਂ ਤੇ ਡੱਡੀਆਂ ਤੇ ਲਹੂ ਵਖਾਈਆਂ ਨਿਸ਼ਾਨੀਆਂ ਜੁਦਾ ਜੁਦਾ ਕਰਕੇ ਫਿਰ ਤਕਬਰ ਕੀਤਾ ਨੇ ਤੇ ਉਹ ਲੋਕ ਸਨ ਪਾਪੀ ਤੇ ਜਦ ਕਦੀ ਪਿਆ ਉਹਨਾਂ ਉੱਤੇ ਅਜ਼ਾਬ ਆਖਿਓ ਨੇ ਐ ਮੂਸਾ ਦੁਆ ਮੰਗ ਸਾਡੇ ਲਈ ਆਪਣੇ ਰੱਬ ਤੋਂ ਜਿਸ ਤਰ੍ਹਾਂ ਇਕਰਾਰ ਕੀਤਾ ਸੀ ਤੇਰੇ ਨਾਲ ਜੇ ਦੂਰ ਕਰ ਦਿੱਤੋ ਇਹ ਅਸਾਂ ਤੋਂ ਅਜ਼ਾਬ ਤਾਂ ਜ਼ਰੂਰ ਅਸੀਂ ਮੰਨਾਂਗੇ ਤੈਨੂੰ ਤੇ ਜ਼ਰੂਰ ਭੇਜ ਦੇਾਂਗੇ ਤੇਰੇ ਨਾਲ ਬਣੀ ਇਸرائیਲ ਨੂੰ ਫੇਰ ਜਦ ਦੂਰ ਕਰ ਦਿੱਤਾ ਅਸੀਂ ਉਹਨਾਂ ਤੋਂ ਅਦਾਬ ਇੱਕ ਮੁੱਦਤ ਤੀਕ ਜਿੱਥੋਂ ਤੀਕ ਕੋ ਨਾ ਪਹੁੰਚਣਾ ਸੀ ਤਦੋਂ ਹੀ ਉਹ ਅਕਰਾਰ ਤੋੜ ਦਿੰਦੇ ਨੇ ਫੇਰ ਬਦਲਾ ਲਿਆ ਅਸੀਂ ਉਹਨਾਂ ਤੋਂ ਫੇਰ ਡੋਬ ਦਿੱਤਾ ਅਸੀਂ ਉਹਨਾਂ ਨੂੰ ਦਰਿਆ ਵਿੱਚ ਇਸ ਸਬਬ ਨਾਲ ਜੋ ਜ਼ਰੂਰ ਹੋਣਾ ਚੁਟਲਾਈਆਂ ਆਇਤਾ ਸਾਡੀਆਂ ਤੇ ਰਹੇ ਉਹਨਾਂ ਤੋਂ ਬੇਖਬਰ ਕਿ ਵਾਰਸ ਬਣਾ ਦਿੱਤੀ ਅਸੀਂ ਜਿਹੜੇ ਲੋਕ ਕਮਜ਼ੋਰ ਜਾਪ ਦੇ ਸੰ ਚੜਦੀਆਂ ਜ਼ਮੀਨ ਦੇ ਤੇ ਉਸ ਦੇ ਲਹਿੰਦਿਆਂ ਦੇ ਜਿਸ ਵਿੱਚ ਬਰਕਤ ਰੱਖੀ ਐ ਸਾਂ ਤੇ ਪੂਰਾ ਹੋਇਆ ਵਾਦਾ ਤੇਰੇ ਰੱਬ ਦਾ ਸੁਣ ਬਣੀ ਇਸرائیਲ ਉੱਤੇ ਉਹਨਾਂ ਦੇ ਸਬਰ ਕਰਨੇ ਨਾਲ ਤੇ ਖਰਾਬ ਕਰ ਦਿੱਤਾ ਸਾਂ ਜੋ ਬਣਾਉਂਦਾ ਸੀ ਫਰਾਉਨ ਤੇ ਉਹਦੀ ਕੌਮ ਤੇ ਜੋ ਉਹ ਬਣਾਉਂਦੇ ਤੇ ਚੜਾਂਦੇ ਸਨ ਤੇ ਪਾਰ ਲੰਘਾਇਆ ਸਾਂ ਬਣੀ ਇਸرائیਲ ਨੂੰ ਦਰਿਆ ਦੇ ਫੇਰ ਗੁਜ਼ਰੇ ਇੱਕ ਕੌਮ ਕੋਲ ਦੀ ਜਿਉਂ ਪੰਜਾਬਰ ਬਨੇ ਬੈਠੇ ਸਨ ਆਪਣੇ ਬੁੱਤਾਂ ਉੱਤੇ ਆਖੜ ਲਗੇ ਐ موسی ਬਣਾ ਦੇ ਸਾਨੂੰ ਵੀ ਬੁੱਤ ਜਿਉਂ ਇਹਨਾਂ ਦੇ ਬੁੱਤ ਨੇ ਆਖਿਓ ਸੂਜ਼ ਜ਼ਰੂਰ ਤੁਸੀਂ ਐਸੇ ਲੋਕ ਹੋ ਜੋ ਨਾਦਾਨੀ ਕਰਦੇ ਹੋ ਇਹਨਾਂ ਲੋਕਾਂ ਦਾ ਜ਼ਰੂਰ ਬਰਬਾਦ ਜਾਣਾ ਹੈ ਜਿਸ ਕੰਮ ਵਿੱਚੋਂ ਪਏ ਹੋਏ ਨੇ ਤੇ ਗਲਤ ਕੰਮ ਇਹ ਜੋ ਕਰ ਰਹੇ ਨੇ ਫਿਰ موسی ਆਖਿਆ ਭਲਾ ਸਵਾ ਅੱਲਾ ਦੇ ਟੂਟਦੇ ਆ ਤੁਹਾਨੂੰ ਕੋਈ ਮعبੂਦ ਤੇ ਉਸ ਨੇ ਵਧਾਈ ਦਿੱਤੀ ਹੈ ਤੁਹਾਨੂੰ ਸਾਰੇ ਜੱਗ ਉੱਤੇ ਅੱਲਾ ਫਰਮਾਉਂਦਾ ਹੈ ਜਦ ਬਚਾ ਦਿੱਤਾ ਅਸੀਂ ਤੁਹਾਨੂੰ ਫਰਾਉਨ ਦੇ ਲੋਕਾਂ ਕੋਲੋਂ ਪਹੁੰਚਾਉਂਦੇ ਸਨ ਤੁਹਾਨੂੰ ਬੁਰਾ ਹਜ਼ਾਬ ਜਾਨੋ ਮਾਰਦੇ ਸਨ ਤੁਹਾਡੇ ਪੁੱਤਰਾਂ ਨੂੰ ਤੇ ਜਿਉਂਦੀਆਂ ਰਹਿਣ ਦਿੰਦੇ ਸਨ ਧੀਆਂ ਤੁਹਾਡੀਆਂ ਤੇ ਇਸ ਵਿੱਚ ਸੀ ਅਜ਼ਮਾਇਸ਼ ਤੁਹਾਡੇ ਰੱਬ ਵੱਲੋਂ ਵੱਡੀ ਤੇ ਵਾਦਾ ਦਿੱਤਾ ਅਸੀਂ ਮੂਸਾ ਨੂੰ 30 ਰਾਤਾਂ ਦਾ ਤੇ ਬਾਅਦ ਵਿੱਚ ਵਾਦਾ ਦਿੱਤੇ 10 ਦਿਨ ਹੋਰ ਵੀ ਤਾਂ ਪੂਰਾ ਹੋਇਆ ਉਹਦੇ ਰੱਬ ਦੇ ਵਾਅਦੇ ਦਾ ਵਕਤ 40 ਰਾਤਾਂ ਤੇ ਆਖਿਆ ਮੂਸਾ ਨੇ ਆਪਣੇ ਭਰਾ ਹਾਰੂ ਨੂੰ ਖਲੀਫਾ ਰਾ ਮੇਰਾ ਮੇਰੀ ਕੌਮ ਵਿੱਚ ਤੇ ਸਵਾਰਦਾ ਰੈ ਤਨਾ ਤੁਰ ਰਾ ਫਸਾ ਦੀਆਂ ਦੇ ਤੇ ਜਦ ਆਇਆ موسی ਸਾਡੇ ਵਾਹ ਦੇ ਦੇ ਵਕਤ ਉੱਤੇ ਤੇ ਗੱਲਾਂ ਕੀਤੀਆਂ ਉਸ ਨਾਲ ਉਹਦੇ ਰੱਬ ਨੇ ਆਖਿਓ ਸੁ ਮੇਰਾ ਰੱਬਾ ਤੂੰ ਮੈਨੂੰ ਵਖਾ ਮੈਂ ਤੈਨੂੰ ਵੇਖ ਲਾਂ ਫਰਮਾਇਆ ਤੂੰ ਮੈਨੂੰ ਨਾ ਹੀ ਵੇਖੇਂਗਾ ਪਰ ਵੇਖ ਪਹਾੜ ਵੱਲ ਫੇਰ ਜੇ ਪਹਾੜ ਠਹਿ ਰਹਿ ਰਿਹਾ ਆਪਣੇ ਥਾਂ ਤਾਂ ਤੂੰ ਵੇਖੇਂਗਾ ਮੈਨੂੰ ਫੇਰ ਜਦ ਜ਼ਾਹਿਰ ਹੋਇਆ ਰਬੂ ਦਾ ਪਹਾੜ ਵੱਲ ਕਰ ਦਿੱਤੋ ਸੁ ਪਹਾੜ ਨੂੰ ਰੇਜ਼ਾ ਰੇਜ਼ਾ ਤੇ ਡਿਗ ਪਿਆ موسی ਗਸ਼ ਖਾ ਕੇ ਫਿਰ ਜਦ ਹੋਛ ਆਇਓ ਸੁ ਆਖਣ ਲਗਾ ਤੂੰ ਬੇਆਬੇ ਤੌਬਾ ਕੀਤੀ ਤੇਰੇ ਅੱਗੇ ਤੇ ਮੈਂ ਪਹਿਲਾ ਮੰਨਣ ਵਾਲਿਆਂ ਦਾ ਮਾਇਆ ਐ موسی ਮੈਂ ਤੈਨੂੰ ਚੁਣਿਆ ਲੋਕਾਂ ਵਿੱਚੋਂ ਨਾਲ ਆਪਣੇ ਪੈਗਾਮ ਪਹੁੰਚਾਣੇ ਦੇ ਤੇ ਨਾਲ ਆਪਣੇ ਗੱਲਾਂ ਕਰਨ ਦੇ ਸੋ ਲੈ ਜੋ ਮੈਂ ਦਿੱਤਾ ਤੈਨੂੰ ਤੇ ਰਹਿ ਸ਼ੁਕਰਗੁਜ਼ਾਰਾ ਥੀ ਤੇ ਲਿਕਦੇ ਦੀ ਆਸਾ ਉਹਨੂੰ ਤਖਤੀਆਂ ਵਿੱਚ ਹਰ ਕਾਸੇ ਦੀ ਨਸੀहत ਤੇ ਨਖੇੜ ਹਰ ਚੀਜ਼ ਦਾ ਸੋ ਪਕੜ ਇਹਨਾਂ ਨੂੰ ਮਜ਼ਬੂਤੀ ਨਾਲ ਤੇ ਹੁਕਮਕਾਰ ਕੌਮ ਆਪਣੀ ਨੂੰ ਪਕੜਨ ਉਹਨਾਂ ਵਿੱਚੋਂ ਸੋਹਣੀਆਂ ਗੱਲਾਂ ਹੁਣ ਮੈਂ ਵਿਖਾ ਦੇਵਾਂਗਾ ਤੁਹਾਨੂੰ ਘਰ ਬੇਫਰਮਾਨਾਂ ਦਾ ਮੈਂ ਫੇਰ ਦੇਵਾਂਗਾ ਆਪਣੇ ਆਇਤਾਂ ਨੂੰ ਉਹਨਾਂ ਤੋਂ ਜਿਹੜੇ تکਬਰ ਕਰਦੇ ਨੇ ਜ਼ਮੀਨ ਵਿੱਚ ਨਾ ਹੱਕ ਤੇ ਜਦ ਵੇਖਣ ਹਰ ਇੱਕ ਨਿਸ਼ਾਨੀ ਨਹੀਂ ਮੰਨਦੇ ਉਸ ਨੂੰ ਤੇ ਜੇ ਵੇਖਣ ਰਾਹ ਸਿੱਧਾ ਨਾ ਫੜਨੋ ਰਾ ਤੇ ਜੇ ਵੇਖਨ ਰਾ ਡਿੰਗਾ ਫੜਨ ਹੋਰਾ ਇਹ ਹੀ ਇਸ ਬਬ ਨਾਲ ਜੋ ਉਹਨਾਂ ਚੁਟਲਾਈਆਂ ਐ ਤਾਂ ਸਾਡੀਆਂ ਤੇ ਰਹੇ ਉਹਨਾਂ ਤੋਂ ਬੇਖਬਰ ਜਿਨ੍ਹਾਂ ਚੁਟਲਾਈਆਂ ਐ ਤਾਂ ਸਾਡੀਆਂ ਤੇ ਮਿਲਣਾ ਆਖਰਤ ਦਾ ਓਗਤ ਗਏ ਅਮਲ ਉਹਨਾਂ ਦੇ ਨਹੀਂ ਬਦਲਾ ਪਾਣ ਗਏ ਪਰ ਜੋ ਕਰਦੇ ਸਨ ਤੇ ਬਣਾ ਲਿਆ موسی ਦੀ ਕੌਮ ਨੇ ਪਿੱਛੇ ਹੋ ਦੇ ਆਪਣੇ ਗਹਿਣਿਆਂ ਦਾ ਬੱਛਾ ਇੱਕ ਜੁੱਸਾ ਜਿਹੀ ਸੀ ਆਵਾਜ਼ ਹੈ ਗਾਂ ਦੀ ਵਲਾ ਇਨਾ ਵੇਖਿਓ ਨੇ ਜੋ ਉਹ ਜ਼ਰੂਰ ਨਹੀਂ ਗੱਲ ਕਰਦਾ ਇਹਨਾਂ ਨਾਲ ਤੇ ਨਹੀਂ ਦੱਸਦਾ ਇਹਨਾਂ ਨੂੰ ਰਾਹ ਬਣਾ ਲਿਓ ਨੇ ਉਸ ਨੂੰ ਮਾਬੂਦ ਤੇ ਹੈ ਸੁਨ ਗਲਮ ਤੇ ਜਦ ਪਸ਼ੀਮਾਨ ਹੋਏ ਤੇ ਜਾਤੋਂ ਨੇ ਪਈ ਅਸੀਂ ਕੋ ਰਾ ਪੈ ਗਏ ਆ ਆਖਿਓ ਨੇ ਜੇ ਨਾ ਮੇਰ ਕਰੇਗਾ ਸਾਡੇ ਉੱਤੇ ਰੱਬ ਸਾਡਾ ਤੇ ਨਾ ਬਖਸ਼ੇਗਾ ਸਾਨੂੰ ਤਾਂ ਜ਼ਰੂਰ ਅਸੀਂ ਹੋ ਜਾਾਂਗੇ ਕਾਟੇ ਵਾਲਿਆਂ ਥੀ ਤੇ ਜਦ ਮੁਲਕੇ ਆਇਆ موسی ਆਪਣੀ ਕੌਮ ਵੱਲ ਉਸसे ਪਰਿਆ ਅਛੋ ਤਾਂ ਦਾ ਆਖਿਓ ਤੂ ਕੀਆ ਬੁਰਾ ਕੰਮ ਸੁਭਾਜਿਓ ਜੇ ਮੇਰਾ ਪਿੱਛੇ ਮੇਰੇ ਕਿਉਂ ਕਾਲ ਕੀਤੀਓ ਜੇ ਆਪਣੇ ਰੱਬ ਦੇ ਹੁਕਮ ਅੱਗੋਂ ਤੇ ਤਖਤੀਆਂ ਸੁੱਟ ਦਿੱਤੀਓ ਤੈ ਫੜ ਲਿਓ ਸੁ ਆਪਣੇ ਭਰਾ ਦੇ ਛੱਤੇ ਕਿਛੀਟਰ ਲਗਾਓ ਉਸ ਨੂੰ ਆਪਣੇ ਵੱਲ ਉਹਨਾਂ ਆਖਿਆ ਇਹ ਮੇਰੀ ਮਾਂ ਦੇ ਪੁੱਤਰਾ ਲੋਕਾਂ ਨੇ ਜ਼ਰੂਰ ਬੁੱਦਾ ਸਮਝਿਆ ਮੈਨੂੰ ਤੇ ਨੇੜੇ ਆ ਗਏ ਜੇ ਖੂਨ ਕਰ ਦੇ ਮੇਰਾ ਸੋ ਨਾ ਸਾਹ ਮੇਰੇ ਉੱਤੇ ਦੁਸ਼ਮਣਾਂ ਨੂੰ ਤੇ ਨਾ ਰਲਾ ਮੈਨੂੰ ਨਾਲ ਲੋਕਾਂ ਜ਼ਾਲਿਮਾਂ ਦੇ ਮੂਸਾ ਨੇ ਆਖਿਆ ਮੇਰੇ ਰੱਬਾ ਬਖਸ਼ ਲੈ ਮੈਨੂੰ ਤੇ ਮੇਰੇ ਪਰਾਂ ਨੂੰ ਤੇ ਵਾੜ ਲੈ ਸਾਨੂੰ ਅੰਦਰ ਆਪਣੀ ਮਿਹਰ ਦੇ ਤੇ ਤੂੰ ਬੜਾ ਮਿਹਰਬਾਨ ਏ ਸਭ ਮਿਹਰਬਾਨਾ ਥੀ ਜਿੰਨਾ ਬਣਾਇਆ ਬੱਚਾ ਜ਼ਰੂਰ ਉਹਨਾਂ ਨੂੰ ਪਹੁੰਚੇਗਾ ਕਹਿ ਰੋ ਉਹਨਾਂ ਦੇ ਰੱਬ ਦਾ ਤੇ ਖੁਆਰੀ ਵਿੱਚ ਜੀਉਣੇ ਦੁਨੀਆਂ ਦੇ ਤੇ ਇਸੇ ਤਰ੍ਹਾਂ ਅਸੀਂ ਸਜ਼ਾ ਦੇਣੇ ਆ ਝੂਠ ਜੋੜਨ ਵਾਲਿਆਂ ਨੂੰ ਤੇ ਜਿੰਨਾ ਕੀਤੀਆਂ ਬੁਰਾਈਆਂ ਫਿਰ ਤੋਬਾ ਕੀਤੀ ਪਿੱਛੇ ਉਹਨਾਂ ਦੇ ਤੇ ਇਮਾਨਦਾਰ ਬਣੇ ਤੇਰਾ ਰੱਬ ਪਿੱਛੇ ਇਸ ਦੇ ਜ਼ਰੂਰ ਬਖਸ਼ਣਾਰ ਮਿਹਰਬਾਨ ਤੇ ਜਦ ਥੰਗ ਗਿਆ موسی ਦਾ ਗੁੱਸਾ ਪਕੜ ਲਈਓ ਸੂ ਤਖਤੀਆਂ ਤੇ ਵਿੱਚ ਉਹਨਾਂ ਦੀ ਲਿਖਤ ਦੀ ਰਾਹ ਦੀ ਸਮਝ ਤੇ ਮੇਰੇ ਵਾਸਤੇ ਉਹਨਾਂ ਦੇ ਜਿਹੜੇ ਆਪਣੇ ਰੱਬ ਤੋਂ ਡਰਦੇ ਨੇ ਤੇ ਚੁਣ ਲਏ موسی ਨੇ ਆਪਣੀ ਕੌਮ ਵਿੱਚੋਂ 70 ਮਰਦ ਸਾਡੇ ਵਾਅਦੇ ਦੇ ਵਕਤ ਲਈ ਫਿਰ ਜਦ ਪਕੜਿਆ ਉਹਨਾਂ ਨੂੰ ਪੁਚਾਲ ਨੇ ਆਖਿਓ ਸੂ ਮੇਰੇ ਰੱਬਾ ਜੇ ਕਦੇ ਚਾਹੰਦੋਂ ਫਨਾ ਕਰ ਦੇਂਦੋਂ ਉਹਨਾਂ ਨੂੰ ਏਦੋਂ ਪਹਿਲੇ ਤੇ ਮੈਨੂੰ ਵੀ ਕਿਉਂ ਫਨਾ ਕਰਨਾ ਹੈ ਸਾਨੂੰ ਉਸ ਕੰਮੋਂ ਤੋਂ ਜੋ ਕੀਤਾ ਹੈ ਮੂਰਖਾਂ ਨੇ ਸਾਡੇ ਵਿੱਚੋਂ ਨਹੀਂ ਇਹ ਸਭ ਪਰ ਅਜ਼ਮਾਣਾ ਤੇਰਾ ਰਾਹ ਪੁਲਾ ਨਹੀਂ ਇਸ ਨਾਲ ਜਿਸ ਨੂੰ ਚਾਹੇ ਤੇ ਰਾਹ ਪਾਣਾ ਜਿਸ ਨੂੰ ਚਾਹੇ ਤੂੰ ਹੀ ਇਹ ਸਾਡਾ ਕੰਮ ਬਣਾਉਣ ਵਾਲਾ ਸੋ ਬਖਸ਼ ਲੈ ਸਾਨੂੰ ਤੇ ਮਿਹਰ ਕਰ ਸਾਡੇ ਉੱਤੇ ਤੂੰ ਹੀ ਇਹ ਚੰਗਾ ਸਭ ਬਖਸ਼ਣ ਵਾਲਿਆਂ ਦਾ ਤੇ ਲਿਖ ਲੈ ਸਾਡੇ ਲਈ ਇਸ ਦੁਨੀਆ ਵਿੱਚ ਨੇਕੀ ਤੇ ਆਖਰਤ ਵਿੱਚ ਵੀ ਅਸੀਂ ਮੁੜੇ ਹਾਂ ਤੇਰੇ ਵੱਲ ਜੋਹਾਜ ਫਰਮਾਇਆ ਅਜ਼ਾਬ ਆਪਣਾ ਪਹਚਾਨਾ ਮੈਂ ਜਿਸ ਨੂੰ ਚਾਹ ਤੇ ਰਹਿਮਤ ਮੇਰੀ ਨੇ ਸੰਭਾਲ ਲਿਆ ਹੈ ਹਰ ਚੀਜ਼ ਨੂੰ ਸੋ ਹੁਣ ਉਹ ਲਿਖ ਲਾਂਗਾ ਉਹਨਾਂ ਲਈ ਜਿਹੜੇ ਬਚਦੇ ਨੇ ਤੇ ਦਿੰਦੇ ਨੇ ਜ਼ਕਾਤ ਤੇ ਉਹ ਜਿਹੜੇ ਆਇਤਾਂ ਸਾਡੀਆਂ ਨੂੰ ਮੰਨਦੇ ਨੇ ਜਿਹੜੇ ਤਾਬੇਦਾਰੀ ਕਰਦੇ ਨੇ ਰਸੂਲ ਨਬੀ ਉਮੀ ਦੀ ਜਿਸ ਦੇ ਜ਼ਿਕਰ ਨੂੰ ਵੇਖਦੇ ਨੇ ਲਿਖਿਆ ਹੋਇਆ ਆਪਣੇ ਕੋਲ ਤੌਰਾਤ ਤੇ ਇنجਿਲ ਵਿੱਚ ਹੁਕਮ ਕਰਦਾ ਹੈ ਉਹਨਾਂ ਨੂੰ ਨੇਕੀ ਦਾ ਮਨਾ ਕਰਦਾ ਹੈ ਉਹਨਾਂ ਨੂੰ ਬੁਰੀਆਂ ਨੂੰ ਕਿ ਹਲਾਲ ਕਰਦਾ ਹੈ ਉਹਨਾਂ ਲਈ پاک ਚੀਜ਼ਾਂ ਤੇ ਹਰਾਮ ਕਰਦਾ ਹੈ ਉਹਨਾਂ ਉੱਤੇ ਨਾਪਾਕ ਚੀਜ਼ਾਂ ਤੇ ਲਾਂਦਾ ਹੈ ਉਹਨਾਂ ਉੱਤੋਂ ਭਾਰ ਉਹਨਾਂ ਦਾ ਤੇ ਜਿਹੜੇ ਫਾਹ ਹੈ ਸਨ ਉਹਨਾਂ ਉੱਤੇ ਸੋਜ ਨਾ ਮੰਨੇ ਉਹਨੂੰ ਤੇ ਵਡਿਆਈ ਮੰਨਿਓ ਨੇ ਉਹਦੀ ਤੇ ਮਦਦ ਦਿੱਤੀਓ ਨੇ ਉਹਨੂੰ ਤੇ ਤਾਬੇ ਹੋਏ ਉਸ ਚਾਨਣ ਦੇ ਜੋ ਉਤਰਿਆ ਨਾਲ ਉਹਦੀ ਪੈਗੰਬਰੀ ਤੇ ਉਹੋ ਹੀ ਨਿਆਲ ਹੋਏ ਨੇ اے ਹਬੀਬ ਤੁਸੀਂ ਆਖੋ ਆ ਲੋਕੋ ਮੈਂ ਜ਼ਰੂਰ ਪੈਗੰਬਰਾਂ ਅੱਲਾ ਦਾ ਤੁਹਾਡੇ ਸਾਰਿਆਂ ਵੱਲ ਜਿਸ ਦਾ ਰਾਜ ਹੈ ਅਸਮਾਨਾਂ ਤੇ ਜ਼ਮੀਨ ਦਾ ਨਹੀਂ ਕੋਈ ਮਾਬੂਦ ਬਾਜੋ ਦੇ ਜੋ ਆਂਦਾ ਹੈ ਤੇ ਮਾਰਦਾ ਹੈ ਸੋ ਮੰਨੂ ਅੱਲਾ ਨੂੰ ਤੇ ਉਹਦੇ ਰਸੂਲ ਨਬੀ ਉਮੀ ਨੂੰ ਜਿਹੜਾ ਮੰਨਦਾ ਹੈ ਅੱਲਾ ਨੂੰ ਤੇ ਉਹਦੀਆਂ ਸਭ ਗੱਲਾਂ ਨੂੰ ਤੇ ਉਹਦੇ ਤਾਬੇ ਹੋਵੋ ਤਾਂ ਤੁਸੀਂ ਰਾਹ ਸਿਰਾਓ ਤੇ ਮੂਸਾ ਦੀ ਕੌਮ ਵਿੱਚੋਂ ਇੱਕ ਟੋਲਾ ਹੈ ਰਾਹ ਦੱਸਦੇ ਨੇ ਸੱਚੇ دین ਦਾ ਤੇ ਉਸੇ ਨਾਲ ਇਨਸਾਫ ਕਰਦੇ ਨੇ ਤੇ ਪਾਰ ਕੇ ਕਰ ਦਿੱਤਾ ਸਾਂ ਉਹਨਾਂ ਨੂੰ 12 ਕਬੀਲੇ ਤੇ ਮੁਸਤਕਿਲ ਕਰੋ ਤੇ ਹੁਕਮ ਭੇਜਿਆ ਸਾਂ ਮੂਸਾਵਾਲ ਜਦ ਪਾਣੀ ਮੰਗਿਆ ਉਸ ਤੋਂ ਉਹਦੀ ਕੌਮ ਨੇ ਭਾਈ ਮਾਰ लाठी ਆਪਣੀ ਪੱਥਰ ਨੂੰ ਫੇਰ ਫੁੱਟ ਨਿਕਲੇ ਉਸ ਤੋਂ 12 ਚਸ਼ਮੇ ਪਛਾਣ ਲਿਆ ਹਰ ਟੋਲੇ ਨੇ ਪੀਣ ਦਾ ਥਾਂ ਆਪਣਾ ਤੇ ਛਾਂ ਕੀਤੀ ਸਾਂ ਉਹਨਾਂ ਉੱਤੇ ਬੱਦਲ ਦੀ ਤੇ ਉਤਾਰੀ ਸਾਂ ਉਹਨਾਂ ਉੱਤੇ ਤਰੰਜਬੀਨ ਤੇ ਲਵਾ ਖਾਓ ਪਾਕ ਤੇ ਮਜ਼ੇਦਾਰ ਜੋ ਦਿੱਤਾ ਸਾਂ ਤੁਹਾਨੂੰ ਤੇ ਨਾ ਬਿਗੜਿਓ ਨੇ ਕੋਈ ਸੈਡਾ ਪਰ ਆਪਣਾ ਹੀ ਬਿਗੜਦੇ ਰਹੇ ਤੇ ਜਦ ਆਖਿਆ ਗਿਆ ਉਹਨਾਂ ਨੂੰ ਬਸੋ ਇਸ ਸ਼ਹਿਰ ਤੇ ਖਾਓ ਉਥੋਂ ਜਿੱਥੋਂ ਚਾਹੋ ਤੇ ਆਖੋ ਹਿੱਤਤੁਨ ਹਿੱਤਤੁਨ ਤੇ ਵੱਡੋ ਦਰਵਾਜ਼ੇ ਵਿੱਚ ਸਜਦਾ ਕਰਦੇ ਬਖਸ਼ਾਂਗੇ ਅਸੀਂ ਤੁਹਾਨੂੰ ਗੁਨਾਹ ਤੁਹਾਡੇ ਅਗੋਂ ਵਧੇਰਾ ਦੇਾਂਗੇ ਨੇਕੀ ਵਾਲਿਆਂ ਨੂੰ ਫਿਰ ਬਦਲ ਦਿੱਤਾ ਜ਼ਾਲਮਾਂ ਨੇ ਉਹਨਾਂ ਵਿੱਚੋਂ ਬਾਤ ਨੂੰ ਸਵਾ ਉਸ ਦੇ ਜੋ ਆਖੀ ਸੀ ਉਹਨਾਂ ਨੂੰ ਫਿਰ ਭੇਜਿਆ ਸਾ ਉਹਨਾਂ ਉੱਤੇ ਅਜ਼ਾਬ ਅਸਮਾਨੋ ਬਦਲੇ ਉਸ ਦੇ ਜੋ ਜ਼ਾਲਮ ਕਰਦੇ ਸਨ ਤੇ ਪੁੱਛੋ ਉਹਨਾਂ ਨੂੰ ਹਾਲ ਵਸਤੀ ਦਾ ਜਿਹੜੇ ਦਰਿਆ ਦੇ ਕੰਢੇ ਸੀ ਜਦੋਂ ਹੱਦੋਂ ਲੰਘ ਗਏ ਹਫਤਾ ਮਨਾਣ ਵਿੱਚ ਜਦ ਆਉਂਦੀਆਂ ਨੇ ਉਹਨਾਂ ਕੋਲ ਮੱਛੀਆਂ ਉਹਨਾਂ ਦੀਆਂ ਦਿਨ ਉਹਨਾਂ ਦੇ ਹਫਤਾ ਮਨਾਣ ਦੇ ਜ਼ਾਹਿਰ ਪਾਣੀ ਉੱਤੇ ਤੇ ਜਿਸ ਦਿਨ ਨਹੀਂ ਹਫਤਾ ਮਨਾਉਂਦੇ ਨਹੀਂ ਆਉਂਦੀਆਂ ਉਹਨਾਂ ਕੋਲ ਐਸੀ ਤਰ੍ਹਾਂ ਸੀ ਅਜ਼ਮਾਨੇ ਉਹਨਾਂ ਨੂੰ ਬਦਲੇ ਉਹਨਾਂ ਦੇ ਬੇਫਰਮਾਨੀ ਕਰਦੇ ਆ ਰਹਿੰਦੇ ਯੂਦੀਆਂ ਨੂੰ ਹਫਤੇ ਦੇ ਦਿਨ ਸ਼ਿਕਾਰ ਕਰਨਾ ਮਨਾ ਸੀ ਅੱਲਾਹ ਤਾਲਾ ਨੇ ਉਸ ਸ਼ਹਿਰ ਵਾਲਿਆਂ ਨੂੰ ਬੇਫਰਮਾਨ ਡਿਠਾ ਕਿ ਅਜ਼ਮਾਨ ਲਗਾ ਹਫਤੇ ਦੇ ਦਿਨ ਮੱਛੀਆਂ ਪਾਣੀ ਦੇ ਉੱਤੇ ਟਪ ਆਉਂਦੀਆਂ ਤੇ ਫਿਰ ਦੀਆਂ ਨਜ਼ਰ ਆਉਂਦੀਆਂ ਹੋਰ ਨਦੀਆਂ ਵਿੱਚ ਛੁਪੀਆਂ ਰਹਿੰਦੀਆਂ ਯੂਦੀਆਂ ਤਾਂ ਜੀ ਨਾ ਰਹਿ ਸਕਿਆ ਆਖਰ ਹਫਤੇ ਦੇ ਦਿਨ ਸ਼ਿਕਾਰ ਕਰ ਲਏ ਉਹਨੇ ਆਪਣੇ ਥਾਂ ਹੀਲਾ ਇਹ ਬਣਾਇਆ ਕਿ ਦਰਿਆ ਦਾ ਪਾਣੀ ਵੜ ਕੇ ਦੂਜੀ ਜਗ੍ਹਾ ਪਾਇਆ ਤੇ ਮੱਛਲੀਆਂ ਉੱਥੇ ਬੰਦ ਰਹਿਣ ਤਾਂ ਵੀ ਹੱਥ ਨਾ ਆਈਆਂ ਹਫਤੇ ਦੀ ਸ਼ਾਮ ਨੂੰ ਉੱਥੋਂ ਨਿਕਲ ਜਾਂਦੀਆਂ ਰਹੀਆਂ ਆਖਰ ਹਫਤੇ ਤੇ ਦਿਨ ਨਿਕਲਣ ਦਾ ਰਾਹ ਬੰਦ ਕਰ ਦਿੱਤਾ ਤੇ ਐਤਵਾਰ ਨੂੰ ਪਕੜ ਲਈਆਂ ਫਿਰ ਉਹ ਲੋਕ ਬਾਂਦਰ ਬਣ ਗਏ ਤੇ ਜਦ ਆਖਿਆ ਇੱਕ ਟੋਲੇ ਨੇ ਉਹਨਾਂ ਵਿੱਚੋਂ ਕਿਹੋ ਨਸੀਹਤ ਕਰ ਦਿਓ ਐਸੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਲਾ ਬਰਬਾਦ ਕਰਦਾ ਏ ਜਾਂ ਅਜ਼ਾਬ ਕਰਦਾ ਏ ਕੋਈ ਸਖਤ ਅਜ਼ਾਬ ਅੱਖੋਂ ਨੇ ਸੁਰਖਰੂਈ ਲਈ ਤੁਹਾਡੇ ਰੱਬ ਅਗੇ ਨਾਲੇ ਸ਼ਾਇਦ ਹੋ ਬਚ ਜਾਣ ਨਾ ਫਰਮਾਨੀ ਤੋਂ ਫਿਰ ਜਦ ਭੁਲਾ ਦਿੱਤੋ ਨੇ ਜੋ ਨਸੀਹਤ ਮਿਲੀ ਸਾਨੂੰ ਬਚਾ ਦਿੱਤੇ ਅਸਾਂ ਜਿਹੜੇ ਵਰੀਂਦੇ ਸਨ ਬੁਰੇ ਕੰਮ ਤੇ ਪਗੜੇ ਅਸਾਂ ਉਹਨਾਂ ਨੂੰ ਸਖਤ ਅਜ਼ਾਬ ਵਿੱਚ ਜਿੰਨਾ ਜ਼ੁਲਮ ਕੀਤਾ ਬਦਲੇ ਉਹਨਾਂ ਦੇ ਬੇਫਰਮਾਨੀਆਂ ਕਰਦਿਆਂ ਰਹਿਂਦੇ ਫਿਰ ਜਦ ਅਗਾ ਲੰਗ ਤੁਰੇ ਉਸ ਕਮੋਂ ਜਿੱਥੋਂ ਵਰਜਿਆ ਸੀ ਆਖਿਆ ਸਾਵਨਾਂ ਨੂੰ ਹੋ ਜਾਓ ਬਾਂਦਰ ਦੁਰਕਾਰੇ ਹੋਏ ਤੇ ਜਦ ਖਬਰ ਕਰ ਦਿੱਤੀ ਤੇਰੇ ਰੱਬ ਨੇ ਪਈ ਜ਼ਰੂਰ ਮੁਸਲਦ ਕਰੇਗਾ ਉਹਨਾਂ ਉੱਤੇ ਦਿਨ ਕਿਆਮਤ ਤੀਕ ਉਸ ਸ਼ਖਸ ਨੂੰ ਜੋ ਦੇ ਉਹਨਾਂ ਨੂੰ ਬੁਰਾ ਅਜ਼ਾਬ ਤੇਰਾ ਰੱਬ ਜ਼ਰੂਰ ਹੀ ਜਲਦੀ ਅਜ਼ਾਬ ਕਰਨ ਵਾਲਾ ਹੈ ਤੇ ਉਹ ਜ਼ਰੂਰ ਹੀ ਬਖਸ਼ਨਹਾਰ ਮਿਹਰਬਾਨ ਵੀ ਹੈ ਤੇ ਪਾਲ ਕੇ ਕਰ ਦਿੱਤਾ ਅਸਾਂ ਉਹਨਾਂ ਨੂੰ ਜ਼ਮੀਨ ਵਿੱਚ ਟੋਲੇ ਟੋਲੇ ਕੁਝ ਉਹਨਾਂ ਤੋਂ ਨੇਕ ਨੇ ਤੇ ਕੁਝ ਉਹਨਾਂ ਤੋਂ ਸਵਾਹ ਇਸ ਦੇ ਨੇ ਤੇ ਅਜ਼ਮਾਇਆ ਅਸਾਂ ਉਹਨਾਂ ਨੂੰ ਸੁੱਖਾਂ ਤੇ ਦੁੱਖਾਂ ਨਾਲ ਤੇ ਜੇ ਉਹ ਮੋੜ ਜਾਂ ਫਿਰ ਆਏ ਉਹਨਾਂ ਦੇ ਪਿੱਛੋਂ ਕਪੁੱਤਰ ਵਾਰਸ ਹੋਏ ਕਿਤਾਬ ਦੇ ਸਮੇਟਦੇ ਨੇ ਅਸਵਾਬ ਇਸ ਦੁਨੀਆ ਦਾ ਤੇ ਆਖਦੇ ਨੇ ਬਖਸ਼ ਦਿੱਤਾ ਜਾਏਗਾ ਸਾਨੂੰ ਤੇ ਜੇ ਆਵੇ ਉਹਨਾਂ ਕੋਲ ਫਿਰ ਅਸਬਾਬ ਉਹੋ ਜਿਹਾ ਉਹ ਵੀ ਨਹੀਂ ਲੈਂਦੇ ਭਲਾ ਨਹੀਂ ਲਿਆ ਸੀ ਉਹਨਾਂ ਤੋਂ ਇਕਰਾਰ ਕਿਤਾਬ ਦਾ ਪਹਿਨਾ ਆਖਣ ਕੋਈ ਬਾਤ ਅੱਲਾ ਉੱਤੇ ਸਵਾ ਸੱਚ ਦੇ ਤੇ ਪੜਿਆ ਨੇ ਜੋ ਵਿਚਾ ਉਸ ਦੇ ਤੇ ਘਰ ਆਖਰਤ ਦਾ ਚੰਗਾਏ ਵਾਸਤੇ ਬਚਣ ਵਾਲਿਆਂ ਦੇ ਕਿਉਂ ਫਿਰ ਅਕਲ ਨਹੀਂ ਕਰਦੇ ਹੋ ਤੇ ਜੜੇ ਮਜ਼ਬੂਤ ਫਰਦੇ ਨੇ ਕਿਤਾਬ ਤੇ درست ਪੜਦੇ ਨੇ ਨਮਾਜ਼ ਅਸੀਂ ਐਵੇਂ ਨਹੀਂ ਗੁਵਾੰਦੇ ਮਜ਼ਦੂਰੀ ਨੇਕੀ ਵਾਲਿਆਂ ਦੀ ਤੇ ਉਹਨਾਂ ਨੂੰ ਉਹ ਵੇਲਾ ਯਾਦ ਹੋਏਗਾ ਜਦ ਪੁੱਟ ਖੜਾ ਕੀਤਾ ਅਸਾਂ پہاੜੋਂ ਨਾ ਉੱਤੇ ਜਿਉ ਸਾਇਬਾਨ ਤੇ ਜਾਤੋਂ ਨੇ ਪਈ ਉਹ ਡਿੱਗੇ ਗਾਉਨੋਂ ਉੱਤੇ ਤੇ ਆਖਿਆ ਮਜ਼ਬੂਤ ਪਕੜੋ ਜੋ ਦਿੱਤਾ ਅਸਾਂ ਤੁਹਾਨੂੰ ਤੇ ਯਾਦ ਕਰੋ ਜੋ ਵਿੱਚ ਉਸ ਦੇ ਤਾਂ ਤੁਸੀਂ ਬਚੋ ਤੇ ਜਦ نکਾਲੀ ਤੇਰੇ ਰੱਬ ਨੇ ਆਦਮ ਦੀ ਔਲਾਦ ਤੋਂ ਉਹਨਾਂ ਦੀਆਂ ਪਿੱਠਾਂ ਤੋਂ نسل ਉਹਨਾਂ ਦੀ ਤੇ ਗਵਾ ਰੱਖਿਆ ਉਹਨਾਂ ਨੂੰ ਉਹਨਾਂ ਦੀਆਂ ਜਾਨਾਂ ਉੱਤੇ ਭਲਾ ਮੈਂ ਤੁਹਾਡਾ ਰੱਬ ਨਹੀਂ ਆ ਆ ਕਿਉਂ ਕਿਉਂ ਨਹੀਂ ਅਸੀਂ ਇਕਰਾਰੀ ਆ ਤਾਂ ਜੇ ਆਖੋ ਨਾ ਦਿਨ ਕਿਆਮਤ ਦੇ ਅਸੀਂ ਇਸ ਗੱਲੋਂ ਬੇਖਬਰ ਸਾਂ ਜਾਂ ਇਹ ਆਖਣ ਲੱਗੋ ਪਈ ਸ਼ਿਰਕ ਕੀਤਾ ਸੀ ਨਿਹਰੇ ਸਾਡੇ ਪਿਉ دادਿਆਂ ਨੇ ਪਹਿਲੋਂ ਤੇ ਅਸੀਂ ਸਾਂ اولاد ਪਿੱਛੋਂ ਉਹਨਾਂ ਦੇ ਕਿਉਂ ਫਿਰ ਬਰਬਾਦ ਕਰਨਾ ਸਾਨੂੰ ਬਦਲੇ ਉਸ ਦੇ ਜੋ ਕੀਤਾ ਖਤਾਕਾਰਾਂ ਨੇ ਤੇ ਇਸੇ ਤਰ੍ਹਾਂ ਅਸੀਂ ਜੁਦਾ ਜੁਦਾ ਬਿਆਨ ਕਰ ਰਹੇ ਆ ਨਿਸ਼ਾਨੀਆਂ ਨਾਲੇ ਸ਼ਾਇਦ ਉਹ ਮੁੜ ਜਾਂ ਅਹਬੀ ਪੜੋ ਨਾ ਕਿ ਖਬਰ ਹੋਦੀ ਜਿਸ ਨੂੰ ਅਸਾਂ ਦਿੱਤਾ ਆਇਤਾ ਆਪਣੀਆਂ ਦਾਈਲਮ ਉਹ ਫੇਰ ਨਿਕਲ ਤੁਰਿਆ ਉਹਨਾਂ ਤੋਂ ਫੇਰ ਮਗਰ ਲੱਗਾ ਉਹਦੇ ਸ਼ੈਤਾਨ ਫੇਰ ਹੋ ਗਿਆ ਕੋਰਾ ਪਿਆ ਹੋਇਆ ਠੀਕ ਤੇ ਜੇ ਕਦੀ ਅਸੀਂ ਚਾਹਦੇ ਤਾਂ ਬੁਲੰਦੀ ਅਤਾ ਕਰਦੇ ਉਹਨੂੰ ਉਹਨਾਂ ਆਇਤਾ ਨਾਲ ਪਰ ਉਹ ਪਸਰ ਪਿਆ ਜ਼ਮੀਨ ਉੱਤੇ ਤੇ ਮਗਰ ਲੱਗਾ ਆਪਣੀ ਜੀ ਦੀ ਚਾਹ ਦੇ ਸੋ ਹਾਲ ਉਹ ਦਾ ਕੁੱਤੇ ਦੇ ਹਾਲ ਵਾਂਗੂ ਐ ਜੇ ਤੂੰ ਹੱਥ ਕਰੇ ਉਹ ਸੁਤੇ ਤਾਂ ਕਰਕੇ ਜਾਂ ਛੱਡ ਦੇ ਉਹਨੂੰ ਤਾਂ ਕਰਕੇ ਇਹ ਹਾਲ ਹੀ ਉਹਨਾਂ ਲੋਕਾਂ ਦਾ ਜਿੰਨਾਂ ਚੁਠਲਾਈਆਂ ਆਏ ਤਾਂ ਸਾਡੀਆਂ ਸੋ ਤੂੰ ਬਿਆਨ ਕਰੇ ਹਾਲ ਸ਼ਾਇਦ ਉਹ ਧਿਆਨ ਕਰਨ ਕਿਆ ਬੁਰਾ ਹਾਲ ਐ ਉਹਨਾਂ ਲੋਕਾਂ ਦਾ ਜਿੰਨਾਂ ਚੁਠਲਾਈਆਂ ਆਏ ਤਾਂ ਸਾਡੀਆਂ ਤੇ ਆਪਣੇ ਹੀ ਬੁਰਾ ਕਰਦੇ ਰਹੇ ਜਿਸ ਨੂੰ ਰਾਹ ਪਾਇਆ ਅੱਲਾ ਸੋ ਉਹੋ ਹੀ ਐ ਰਾਹ ਪਿਆ ਹੋਇਆ ਜਿਸ ਨੂੰ ਰਾਮ ਬੁਲਾਏ ਸੋ ਉਹੋ ਹੀ ਨੇ ਕਾਟੇ ਵਾਲੇ ਤੇ ਜ਼ਰੂਰ ਪੈਦਾ ਕੀਤੇ ਨੇ ਅਸਾਂ ਦੁਜਖ ਲਈ ਬਹੁਤ ਸਾਰੇ ਜਿੰਨ ਤੇ ਇਨਸਾਨ ਉਹਨਾਂ ਦੇ ਦਿਲ ਨਹੀਂ ਪਰ ਸਮਝਦੇ ਨਹੀਂ ਉਹਨਾਂ ਨਾਲ ਤੇ ਉਹਨਾਂ ਦੀ ਅੱਖੀਆਂ ਨੇ ਪਰ ਵੇਖਦੇ ਨਹੀਂ ਉਹਨਾਂ ਨਾਲ ਤੇ ਉਹਨਾਂ ਦੇ ਕੰਨ ਨੇ ਸੁਣਦੇ ਨਹੀਂ ਉਹਨਾਂ ਨਾਲ ਉਹਨੇ ਡੰਗਰਾ ਜਾਈ ਸਗੋ ਵਧੇਰੇ ਪੁੱਲੇ ਹੋਏ ਨੇ ਉਹੋ ਹੀ ਨੇ ਗਾਪਲ ਬੇਸੁਰਤ ਤੇ ਅੱਲਾ ਦੇ ਸਭ ਨਾਮ ਨੇ ਸੋਹਣੇ ਤਸੱਦੋਂ ਉਹਨੂੰ ਉਹਨਾਂ ਨਾਲ ਤੇ ਛੱਡਦੇ ਉਹਨਾਂ ਨੂੰ ਜਿਹੜੇ ਡਿੰਗੇ ਦਾ ਤੁਰਦੇ ਨੇ ਉਹਦੇ ਨਾਮਾਂ ਵਿੱਚ ਬਦਲਾ ਪਾੜ ਗਏ ਉਸ ਦਾ ਜੋ ਕਰਦੇ ਰਹੇ ਨੇ ਤੇ ਸਾਡੀ ਪੈਦਾ ਕੀਤੀਆਂ ਹੋਆ ਵਿੱਚੋਂ ਇੱਕ ਉਮਤ ਦੇ ਲੋਕ ਨੇ ਜੋ ਰਾਹ ਦੱਸਦੇ ਨੇ ਸੱਚੇ دین ਦਾ ਤੇ ਉਸ ਨਾਲ ਇਨਸਾਫ ਕਰਦੇ ਨੇ ਤੇ ਜਿਨ੍ਹਾਂ ਚੁਠਲਾਈਆਂ ਐ ਤਾਂ ਸਾਡੀਆਂ ਅਜੀ ਉਹਨਾਂ ਨੂੰ ਸਹਿਜ ਸਹਿਜ ਪਕੜਾਂਗੇ ਜਿੱਥੋਂ ਨਾ ਜਾਣਨਗੇ ਤੇ ਮੈਂ ਮੁੱਲ ਦੇਵਾਂਗਾ ਉਹਨਾਂ ਨੂੰ ਮੇਰਾ ਦਾ ਜ਼ਰੂਰ ਪੱਕਾ ਹੈ ਭਲਾ ਤੇ ਫਿਕਰ ਨਹੀਂ ਨੇ ਕੀਤਾ ਭਈ ਨਹੀਂ ਹੈ پیغمبر ਉਹਨਾਂ ਦੇ ਨੂੰ ਕੁਝ ਸੌਦਾ ਕੁਝ ਹੋਰ ਨਹੀਂ ਉਹ ਪੜ੍ਹਨ ਵਾਲਾ ਹੈ ਜ਼ਾਹਿਰ ਭਲਾ ਤੇ ਨਜ਼ਰ ਨਹੀਂ ਨੇ ਕੀਤੀ ਅਸਮਾਨਾਂ ਤੇ ਜ਼ਮੀਨ ਦੇ ਇੰਤਜ਼ਾਮ ਵਿੱਚ ਤੇ ਉਸ ਦੇ ਜੋ ਪੈਦਾ ਕੀਤੀ ਅੱਲਾ ਨੇ ਹਰ ਚੀਜ਼ ਤੇ ਇਸ ਦੇ ਜੋ ਸ਼ਾਇਦ ਨੇੜੇ ਆ ਗਈ ਹੋਵੇ ਅਜਲ ਉਹਨਾਂ ਦੀ ਫਿਰ ਕਿਹੜੀ ਗੱਲ ਨੂੰ ਇਦੋਂ ਪਿੱਛੇ ਮੰਨਣਗੇ ਜਿਸ ਨੂੰ 라ਹ ਬੁલાਏ ਅੱਲਾ ਸੋ ਕੋਈ ਉਸ ਨੂੰ ਰਾਹ ਪਾਣ ਵਾਲਾ ਨਹੀਂ ਤੇ ਅੱਲਾ ਛੱਡ ਜਾਏ ਉਹਨਾਂ ਨੂੰ ਉਹਨਾਂ ਦੇ ਹੱਦੋਂ ਟੱਪਣੇ ਵਿੱਚ ਹੈਰਾਨ ਹੁੰਦਿਆਂ ਨੂੰ ਪੁੱਛਦੇ ਨੇ ਕਿਆਮਤ ਦਾ ਹਾਲ ਤੈਨੂੰ ਕਦੋਂ ਇਹ ਪੈਣਾ ਉਸ ਦਾ ਤੂੰ ਆਹ ਖਬਰ ਉਸ ਦੀ ਨਿਹਰੇ ਮੇਰੇ ਰੱਬ ਕੋਲੇ ਨਾ ਜ਼ਾਹਿਰ ਕਰੇਗਾ ਉਸ ਨੂੰ ਉਸ ਦੇ ਵਕਤ 'ਚ ਪਰ ਉਹ ਹੀ ਭਾਲੂ ਹੋਈ ਏ ਅਸਮਾਨਾਂ ਤੇ ਜ਼ਮੀਨ ਵਾਲਿਆਂ ਉੱਤੇ ਨਾ ਆਵੇਗੀ ਤੁਸਾਂ ਕੋਲ ਪਰ ਅਚਾਨਕ ਬੇਖਬਰ ਪੁੱਛਦੇ ਨੇ ਤੈਨੂੰ ਜਿਉ ਤੂੰ ਉਹਦੀ ਖੋਜ ਵਿੱਚ ਲੱਗਿਆ ਹੋਇਆ ਤੂੰ ਆਹ ਉਸ ਦਾ ਇਲਮ ਨਿਹਰਾ ਮੇਰੇ ਰੱਬ ਕੋਲੇ ਪਰ ਬਹੁਤ ਲੋਕ ਨਹੀਂ ਜਾਣਦੇ ਹਬੀਬ ਤੁਸੀਂ ਆਖੋ ਮੈਂ ਮਾਲਕ ਨਹੀਂ ਆਪਣੇ ਜਾਨ ਦੇ ਨਫੇ ਦਾ ਤੇ ਨਾ ਨੁਕਸਾਨ ਦਾ ਪਰ ਜੋ ਚਾਹੇ ਅੱਲਾ ਤੇ ਜੇ ਕਦੇ ਮੈਂ ਗਾਇਬ ਜਾਣਦਾ ਹੁੰਦਾ ਤਾਂ ਬਹੁਤ ਲੈਂਦਾ ਮੈਂ ਨਫੇ ਤੇ ਨਾ ਪਹੁੰਚਦੀ ਮੈਨੂੰ ਸਖਤੀ ਮੈਂ ਕੁਝ ਹੋਰ ਨਹੀਂ ਪਰ ਡਰਾਨ ਵਾਲਾ ਤੇ ਖੁਸ਼ਖਬਰੀ ਦੇਣ ਵਾਲਾ ਵਾਸਤੇ ਲੋਕਾਂ ਇਮਾਨਦਾਰਾਂ ਦੇ ਉਹ ਹੀ ਹੈ ਜਿਨ ਪੈਦਾ ਕੀਤਾ ਤੁਹਾਨੂੰ ਇੱਕੋ ਜਾਨ ਤੋਂ ਤੇ ਬਣਾਇਆ ਉਸ ਦੀ ਜਿੰਸ ਤੋਂ ਜੋੜਾ ਉਹਦਾ ਤਾ ਆਰਾਮ ਪਾਇਓ ਦੇ ਕੋਲ ਫਿਰ ਜਦ ਕਜਲੀ ਉਸ ਨੂੰ ਟੇਡੋ ਹੋ ਗਿਓ ਸੁ ਟਿੱਡ ਹੋਲਾ ਫਿਰ ਤੂੰ ਹੀ ਫਿਰ ਉਸ ਨੂੰ ਲੈ ਕੇ ਨਾਲ ਫਿਰ ਜਦ ਪਾਰੀ ਹੋਈ ਦੁਆ ਮੰਗੀ ਦੋਵਾਂ ਨੇ ਅੱਲਾ ਆਪਣੇ ਪਾਲਣ ਵਾਲੇ ਤੋਂ ਜੇ ਦਿੱਤੋ ਹੀ ਸਾਨੂੰ ਬੱਚਾ ਚੰਗਾ ਭਲਾ ਤਾਂ ਜ਼ਰੂਰ ਅਸੀਂ ਹੋਵਾਂਗੇ ਸ਼ੁਕਰਗੁਜ਼ਾਰਾਂ ਥੀ ਫਿਰ ਜਦ ਦਿੱਤਾ ਉਹਨਾਂ ਨੂੰ ਬੱਚਾ ਚੰਗਾ ਭਲਾ ਸਹੀ ਸਾਲਮ ਕਹ ਰਾਹੁ ਨੇ ਉਹਦੇ ਬਰਾਬਰ ਦੇ ਸ਼ਰੀਕ ਹੋ ਉਸ ਵਿੱਚ ਜੋ ਦਿੱਤਾ ਉਹਨਾਂ ਨੂੰ ਸੋ ਉੱਚਾ ਲਾਉ ਉਸ ਤੋਂ ਜਿਸ ਨੂੰ ਸ਼ਰੀਕ ਕਰਦੇ ਨੇ ਕਿਉਂ ਬਰਾਬਰ ਕਰਦੇ ਨੇ ਉਸ ਨੂੰ ਜੋ ਨਾ ਪੈਦਾ ਕਰੇ ਕੁਝ ਤੇ ਉਹ ਖੁਦ ਆਪ ਪੈਦਾ ਕੀਤੇ ਜਾਂਦੇ ਨੇ ਤੇ ਨਹੀਂ ਤਾਕਤ ਰੱਖਦੇ ਉਹਨਾਂ ਦੀ ਮਦਦ ਦੀ ਤੇ ਨਾ ਆਪਣੇ ਆਪ ਦੀ ਮਦਦ ਕਰ ਸਕਦੇ ਨੇ ਤੇ ਜੇ ਸਦੋ ਉਹਨਾਂ ਨੂੰ ਰਾਹ ਸਿੱਧੀ ਵੱਲ ਨਾ ਤੁਰਨ ਤੁਹਾਡੇ ਸਦਨੇ ਉਤੇ ਬਰਾਬਰ ਹੈ ਤੁਹਾਨੂੰ ਜੋ ਸਦੋ ਉਹਨਾਂ ਨੂੰ ਜਾਂ ਤੁਸੀਂ ਚੁੱਪ ਕਰ ਰਹੋ ਜਿਨ੍ਹਾਂ ਨੂੰ ਸਾਦੇ ਉਹ ਸਵਾਲ ਲਾ ਦੇ ਉਹ ਜ਼ਰੂਰ ਬੰਦੇ ਨੇ ਤੁਸਾਂ ਜੇ ਫਿਰ ਸਦ ਵੇਖੋ ਉਹਨਾਂ ਨੂੰ ਫਿਰ ਚਾਹੇ ਜੋ ਕਬੂਲ ਕਰਨਾ ਤੁਹਾਡਾ ਸਦਨਾ ਜੇ ਤੁਸੀਂ ਸੱਚੇ ਹੋ ਭਲਾ ਉਹਨਾਂ ਦੇ ਪੈਰ ਨੇ ਜਿਨ੍ਹਾਂ ਨਾਲ ਤੁਰਦੇ ਨੇ ਜਾਂ ਉਹਨਾਂ ਦੇ ਹੱਥ ਨੇ ਜਿਨ੍ਹਾਂ ਨਾਲ ਪਕੜਦੇ ਨੇ ਜਾਂ ਉਹਨਾਂ ਦੀ ਅੱਖੀਆਂ ਨੇ ਜਿਨ੍ਹਾਂ ਨਾਲ ਵੇਖਦੇ ਨੇ ਯਾ ਉਹਨਾਂ ਦੇ ਕੰਨ ਨੇ ਜਿਨ੍ਹਾਂ ਨਾਲ ਸੁਣਦੇ ਨੇ ਹਬੀਬ ਤੁਸੀਂ ਹੱਕ ਉਹ ਸਦੋ ਸ਼ਰੀਕਾ ਆਪਣਿਆਂ ਨੂੰ ਫੇਰ ਦਾ ਲਾ ਲਓ ਮੈਨੂੰ ਤੇ ਫੇਰ ਮੁੱਲ ਤਾਰ ਕੇ ਜਨਾ ਦਿਓ ਮੈਨੂੰ ਮੇਰਾ ਕੰਮ ਬਣਾਉਣ ਵਾਲਾ ਜ਼ਰੂਰ ਅੱਲਾ ਹੈ ਜਿਨ ਉਤਾਰੀ ਕਿਤਾਬ ਤੇ ਉਹ ਕੰਮ ਸਵਾਲਦਾ ਹੈ ਨੇਕਾਂ ਦਾ ਤੇ ਜਿਨ੍ਹਾਂ ਨੂੰ ਤੁਸੀਂ ਸਦਦੇ ਉਹ ਸਵਾ ਉਹਦੇ ਉਹ ਤਾਕਤ ਨਹੀਂ ਰੱਖਦੇ ਤੁਹਾਡੀ ਮਦਦ ਦੀ ਤੇ ਨਾ ਆਪਣੇ ਆਪ ਦੀ ਮਦਦ ਕਰਦੇ ਨੇ ਤੇ ਜੇ ਤੁਸੀਂ ਸੱਧੋ ਉਹਨਾਂ ਨੂੰ ਰਾਹ ਦੱਸਣ ਸਿੱਧੀ ਵਾਲੇ ਨਹੀਂ ਸੁਣਦੇ ਤੁਹਾਡੀ ਗੱਲ ਤੇ ਤੂੰ ਵੇਖੇ ਉਹਨਾਂ ਨੂੰ ਪਈ ਤੱਕਦੇ ਨੇ ਤੇਰੇ ਵੱਲ ਪਰ ਉਹਨਾਂ ਨੂੰ ਕੁਝ ਨਹੀਂ ਦਿਸਦਾ اے ਹਬੀਬ ਪਕੜੋ ਮਾਫ ਕਰਨਾ ਤੇ ਹੁਕਮ ਕਰੋ ਨੇਕੀ ਦਾ ਤੇ ਮੂੰਹ ਫੇਰੋ ਨਾ ਦਾਣਾ ਤੋਂ ਤੇ ਜੇ ਚੁੱਬੇ ਤੈਨੂੰ ਸ਼ੈਤਾਨ ਵੱਲੋਂ ਚੁੱਬ ਤਾਂ ਪੜਾ ਮੰਗ ਅੱਲਾ ਤੋਂ ਉਹ ਜ਼ਰੂਰ ਸੁਣਦਾ ਜਾਣਦਾ ਏ ਜਿਹੜੇ ਲੋਕ ਬਚਦੇ ਨੇ ਜਦ ਪਹੁੰਚੇ ਉਹਨਾਂ ਨੂੰ ਵਸਵਸਾ ਸ਼ੈਤਾਨ ਦਾ ਜ਼ਰੂਰ ਯਾਦ ਕਰਦੇ ਨੇ ਫਿਰ ਤਦੋ ਹੀ ਉਹ ਚੁਕੰਨੇ ਹੋ ਜਾਂਦੇ ਨੇ ਤੇ ਜੋ ਪ੍ਰਾਹ ਨੇ ਸ਼ੈਤਾਨ ਦੇ ਖਿੱਤ ਦੇ ਨੇ ਉਹਨਾਂ ਨੂੰ ਗੁਮਰਾਹੀ ਵਿੱਚ ਫਿਰ ਫਰਕ ਨਹੀਂ ਕਰਦੇ ਉਹਨਾਂ ਨੂੰ ਪਟਕਾਨ ਵਿੱਚ ਤੇ ਜਦ ਤੂੰ ਨਾ ਲਿਆਵੇਂ ਉਹਨਾਂ ਕੋਲ ਕੋਈ ਨਿਸ਼ਾਨੀ ਯਾਨੀ ਮੌਜਜ਼ਾ ਆਖਦੇ ਨੇ ਕਿਉਂ ਨਾ ਉਹ ਬਣਾ ਲਿਆਂਦੇ ਹੋਈ ਆਪਣੇ ਲਈ ਕੋਈ ਨਿਸ਼ਾਨੀ ਤੂੰ ਆਖ ਮੈਂ ਤੁਰਨਾ ਨਿਹਰਾ ਉਸ ਹੁਕਮ ਉੱਤੇ ਜੋ ਉਤਰਦਾ ਮੇਰੇ ਵੱਲ ਮੇਰੇ ਰੱਬ ਵੱਲੋਂ ਇਹ ਸੋਚ ਦੀਆਂ ਗੱਲਾਂ ਨੇ ਤੁਹਾਡੇ ਰੱਬ ਵੱਲੋਂ ਕਿ راہ ਦੀ ਖਬਰ ਤੇ ਮੇਰ ਵਾਸਤੇ ਲੋਕਾਂ ਮੰਨਣ ਵਾਲਿਆਂ ਦੇ ਤੇ ਜਦ ਪੜਿਆ ਜਾਏ ਕੁਰਾਨ ਤਦ ਸੁਣੋ ਸੁਣੋ ਤੇ ਚੁੱਪ ਕਰ ਰਹੋ ਸ਼ਾਇਦ ਤੁਸਾਂ ਉੱਤੇ ਮਿਹਰ ਹੋਵੇ ਤੇ ਯਾਦ ਕਰੋ ਆਪਣੇ ਰੱਬ ਨੂੰ ਆਪਣੇ ਦਿਲ ਦੇ ਵਿੱਚ ਜਾਰੀ ਕਰਕੇ ਤੇ ਡਲ ਕੇ ਤੇ ਨਾਲ ਨੀਵੀਂ ਆਵਾਜ਼ ਦੇ ਵਿੱਚ ਸਵੇਰ ਤੇ ਸ਼ਾਮ ਦੇ ਤੇ ਨਾ ਹੋ ਗਾਫਲਾਂ ਥੀ ਤੇ ਜਿਹੜੇ ਫਰਿਸ਼ਤੇ ਕੋਲ ਨੇ ਤੇਰੇ ਰੱਬ ਦੇ ਉਹ ਜ਼ਰੂਰ غرور ਨਹੀਂ ਕਰਦੇ ਉਹਦੀ ਬੰਦਗੀ ਤੋਂ ਤੇ ਪਾਕੀ ਬਿਆਨ ਕਰਦੇ ਨੇ ਉਹਦੀ ਤੇ ਉਸ ਨੂੰ ਸਜਦਾ ਕਰਦੇ ਨੇ